ਉਹਨਾਂ ਨੇ ਆ ਕੇ ਸਾਨੂੰ ਹਦਾਇਤ ਕੀਤੀ ਵੀ ਤੁਸੀਂ ਹੁਣ ਰਹਿ ਨਹੀਂ ਸਕਦੇ, ਮੈਂ 20 ਦਿਨ ਤੁਹਾਡੀ ਰਾਖੀ ਕੀਤੀ ਹੈ, ਹੁਣ ਕਿ ਨਹੀਂ ਤੁਹਾਨੂੰ ਜਾਣਾ ਪੈਣਾ ਅਤੇ ਤੁਹਾਨੂੰ ਮੈਂ ਆਵਾਜ਼ ਦੇ ਨਾਲ ਕਰਦਾ ਅਤੇ ਤੁਹਾਨੂੰ ਇੱਕ ਵਾਰੀ ਤਸੀਲੇ ਮਾਰ ਦਿੰਦਾ। ਉਹ ਸਿੱਖ ਦੇ ਪਾਰੋਂ ਕਿ ਨਹੀਂ ਉਹਨੇ ਅਮਦਾਦ ਕੀਤੀ ਸਾਡਾ, ਇੱਕ ਵੀ ਕੋਈ ਵੀ ਨਾ ਨਾ ਇੱਜ਼ਤ ਦਾ ਨਾ ਕਿਸੇ ਪਰੇਸ਼ਾਨੀ ਦਾ। ਕਿੰਨੇ ਕੀਤੀ ਮਦਦ? ਉਹ ਸਿੱਖ ਨੇ ਕੀਤੀ, ਜੋਗਿੰਦਰ ਸਿੰਘ ਨੇ, ਜੋਗਿੰਦਰ ਨੇ ਉਹਨੇ ਗਾਂ ਬੰਦੇ ਮੰਗਾਰੇ ਘੋੜੀਆਂ ਅਸਲਾ ਅਤੇ ਦੋਵੇਂ ਪਾਸੇ ਚੜ ਕੇ ਸਾਡੇ ਇੱਕ ਅਲਵਾੜ ਦੀ ਜਗਰਾਮਾਂ ਨੂੰ ਆਉਂਦੀ, ਅਲਵਾੜੋਂ ਵੀ ਜ਼ਿਆਦਾ, ਉਹਦੇ ਵਿੱਚ ਗੱਡੇ ਕੋਈ ਪੈਦਲ ਜਿਸ ਤਰ੍ਹਾਂ। ਜੋਗਿੰਦਰ ਕਿੱਥੋਂ ਦਾ? ਇਹ ਜੋਗਿੰਦਰ ਸਾਡੇ ਪਿੰਡ ਦਾ ਸੀ, ਜੈਦਾਰ 12 ਪਿੰਡਾਂ 'ਤੇ ਉਦੋਂ ਹੁੰਦੀ ਸੀ ਜੈਦਾਰ, ਜਿਸ ਤਰ੍ਹਾਂ ਹੁਣ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਘੁੰਮ ਗਏ ਕਰਾਂ ਦੇ ਬਾਰ ਨਹੀਂ, ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ ਇੱਕ ਵਾਰ ਨਹੀਂ। ਪਹਿਲਾਂ ਮੈਨੂੰ ਦੱਸਣ ਡਿਆ ਸੀ ਨਾ ਵੀ ਜਿਹੜਾ ਬਦਮਾਸ਼ ਦੱਸਦੇ ਜੋ ਵੀ ਉਹ ਪਿੰਡ ਛੱਡ ਕੇ ਚਲਾ ਗਿਆ, ਉਹ ਪਿੰਡ ਪਰੇਸ਼ਾਨੀ, ਉਹ ਕਿਉਂ? ਵੀ ਮੈਂ ਉੱਜੜ ਕੇ ਦੇਖ ਨਹੀਂ ਸਕਦਾ। ਅੱਛਾ, ਜਾਣੀ ਉਹਨਾਂ ਨਾਲ ਸਲੂਕ ਸੀ। ਅੱਛਾ, ਉਹ ਕੇਰ ਕੇਰ ਹੋਣਾ ਜਿਹੜਾ ਸੀ ਨਾ ਉਹ ਦੋ ਤਿੰਨ ਦਿਨ ਅੱਗੋਂ ਨਿਕਲ ਗਿਆ। ਤਲੀਆਂ ਹਾਂ, ਲਾਲਾ ਕਦਰ ਸਰਾਫਾਂ ਪਾਇਆ ਪਰਖਣ ਨਾਲ ਸਫਾਈਆਂ, ਦੋਸਤਾਂ ਦੀ ਕਦਰ ਨੂੰ ਦੋਸਤ ਜਾਣਦੇ ਹੋ ਜਿੰਨਾ ਮੁਹੱਬਤ ਆ ਪਿਆਰ ਦੇ ਟੁਕੜੇ ਪਏ ਨੇ ਇਹ ਧੂੜਾਂ ਦੀ ਕਲਗੀ ਨੂੰ ਮੱਥੇ ਤੇ ਲਾ ਕੇ ਲਾ ਦੇ। ਇਹ ਛਾਕ 50 ਸਾਲ ਅੱਗੋਂ ਚੱਲੀ ਆਉਂਦੀ ਸੀ ਵੀ ਸਾਨੂੰ ਆਜ਼ਾਦ ਕਰ ਦਿਓ, ਸਿੱਖਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ, ਫਿਰ ਸਮਝ 'ਚ ਆ ਗਈ ਕਿ ਆਜ਼ਾਦੀ ਵਾਸਤੇ, ਆਜ਼ਾਦੀ ਵਾਸਤੇ ਜਿਹੜੇ ਸੀ ਨਾ ਸਿੱਖ ਅਤੇ ਮੁਸਲਮਾਨ, ਜਦੋਂ ਔਰੰਗਜ਼ੇਬ ਦੀ ਬਾਦਸ਼ਾਹੀ ਸੀ ਮੁਗਲਾਂ ਦੀ, ਔਰੰਗਜ਼ੇਬ ਬਾਦਸ਼ਾਹ ਸੀ ਨਾ ਜਿਹੜਾ ਉਸ ਵਕਤ ਦਾ ਮੁਗਲਾਂ ਦਾ, ਇਹ ਹੁਣ ਮੈਂ ਵੱਡਿਆਂ ਤੋਂ ਗੱਲ ਸੁਣਦਾ, ਉਹਨਾਂ ਨੇ ਨਾ ਮੁਸਲਮਾਨੀ ਕਰਦਾ ਸੀ ਔਰੰਗਜ਼ੇਬ, ਉਹਨਾਂ ਨੇ ਜ਼ਿਆਦਾ ਤੰਗੀ ਦਿੱਤੀ। ਇੱਕ ਵਾਰ ਪਿਆਰ ਮੁਹੱਬਤ ਉਹ ਵਾਧੂ ਸੀ, ਜਿਹੜਾ ਸਿੱਖਾਂ ਦਾ ਸੀ ਨਾ ਉਹ ਵਾਧੂ ਸੀ, ਵਾਧੂ ਸੀ, ਵਾਧੂ ਸੀ। ਆਹ ਦੇਖ ਨਾ ਆਹ ਰਸਤਾ, ਇੱਥੋਂ ਦੀ ਕਾਕੀ ਆਉਂਦੀ ਆ, ਕਾਕੀ ਦੇ ਦੋ ਕੱਪੜੇ, ਇੱਕ ਇੱਥੇ ਭਾਰਾ ਅਤੇ ਦੂਜਾ ਪਤਲਾ, ਝੁੰਡ ਉਹਨਾਂ ਨੇ ਇੰਡਾ ਕਰਨਾ, ਘੁੰਡ ਚਿਹਰਾ ਨਹੀਂ ਦਿਖਾਉਣਾ, ਜਿਹੜੀਆਂ ਪਿੰਡ ਦੀਆਂ ਹੈਗੀਆਂ ਨੂੰਹਾਂ ਆਈਆਂ ਕਾਕੀ ਨੇ, ਜਾਣੀ ਜਿਸ ਹਾਲਤ 'ਚ ਨਾ ਉਹਨੇ ਆਉਣਾ ਅਤੇ ਅਸੀਂ ਰਾਹ ਛੱਡ ਦੇਣਾ, ਜੇ ਸਾਡੀਆਂ ਜਾਂਦੀਆਂ ਤਾਂ ਉਹਨਾਂ ਨੇ ਰਾਹ ਛੱਡ ਦੇਣਾ, ਇੰਨਾ ਖਰਾਬ। ਬਾਕੀ ਪਰਦੇ ਦੀ ਦੇਖ ਲਾ ਨਾ, ਇੰਨੀ ਪਾਬੰਦੀ ਸੀ ਨਾ, ਬਿਲਕੁਲ ਹੀ ਪਾਬੰਦੀ ਸੀ। ਜੇ ਇਸਲਾਮ ਦੇ ਦਾਇਰੇ 'ਚ ਆ ਜਾਣਾ, ਜੇ ਕੋਈ ਬੇ ਸਮਝ ਰੋਜੇ ਤੋਂ ਰਹਿ ਗਿਆ ਨਾ ਰੋਟੀ ਨਹੀਂ ਜਾਣੀ, ਇੰਨਾ ਜਾਣੀ ਅਤਰਾਮ ਸੀ ਰੋਜਿਆਂ ਦਾ ਅਤੇ ਰਮਜ਼ਾਨ ਦਾ ਅਤੇ। ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਮੈਂ ਨਾਸਰ ਢਿੱਲੋਂ ਪੰਜਾਬੀ ਲਹਿਰ ਦੀ ਟੀਮ। ਤੁਹਾਨੂੰ ਪਤਾ ਜਿਵੇਂ 1947 ਦੀ ਵੰਡ ਦੇ ਹਵਾਲੇ ਦੇ ਨਾਲ ਮੁਖਤਲਿਫ ਦਾਸਤਾਨਾਂ ਸਟੋਰੀਆਂ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੁੰਦੇ ਹਾਂ। 1947 ਤੋਂ ਪਹਿਲਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਸਨ, ਲੋਕਾਂ ਦਾ ਕਿਵੇਂ ਸੀ ਜਦੋਂ ਪੰਜਾਬ ਦੋਵੇਂ ਇਕੱਠੇ ਸਨ, ਕਿਵੇਂ ਸੀ ਆਪਸੀ ਪਿਆਰ ਮੁਹੱਬਤ, ਕਿਵੇਂ ਰਹਿਣ ਸਹਿਣ ਸੀ,
ਮਜ਼ਬਾਂ ਦੀ ਤਫਰੀਕ ਨਹੀਂ ਸੀ ਇਹਦੇ 'ਤੇ ਵੀ ਪਾਈ ਦੀ ਆ ਚਾਨਣ ਪਾਈ ਦਾ ਫਿਰ ਉਸ ਤੋਂ ਹਟ ਕੇ 1947 ਵੀ ਜਦੋਂ ਵੰਡ ਹੋ ਗਈ ਉਦੋਂ ਕੀ ਹਾਲਾਤ ਬਣੇ ਲੋਕਾਂ ਦੇ ਵਿੱਚ ਕਿਉਂ ਇੰਨੀ ਨਫ਼ਰਤ ਫੈਲ ਗਈ ਉਹਨਾਂ ਦਾ ਕੀ ਮੁਜਬ ਸੀ ਉਹ ਜਾਣਨ ਦੀ ਵੀ ਕੋਸ਼ਿਸ਼ ਕਰੀਦੀ ਹੈ ਉਹਨਾਂ ਬਜ਼ੁਰਗਾਂ ਦੀਆਂ ਉਹਨਾਂ ਲੋਕਾਂ ਦੀਆਂ ਕਹਾਣੀਆਂ ਹੱਡ ਬੀਤੀਆਂ ਆਪ ਬੀਤੀਆਂ ਤੁਹਾਡੇ ਤੱਕ ਰੱਖੀ ਦੀਆਂ ਅਤੇ ਆਉਣ ਵਾਲੀ ਨਸਲ ਤੱਕ ਵੀ ਇਹ ਜਿਹੜੀਆਂ ਵੀਡੀਓਜ਼ ਨੇ ਇਹ ਰਿਕਾਰਡ ਕਰਕੇ ਸੇਵ ਕਰਕੇ ਇੰਟਰਨੈਟ 'ਤੇ ਅਪਲੋਡ ਕਰਕੇ ਉਹਨਾਂ ਆਉਣ ਵਾਲੀ ਨਸਲ ਤੱਕ ਵੀ ਜਿਹੜਾ ਵਾ ਇਹ ਵੀਡੀਓਜ਼ ਨੂੰ ਪਹੁੰਚਾਉਣ ਦਾ ਮਕਸਦ ਕਿ ਇਹਨਾਂ ਲੋਕਾਂ ਨੇ ਕਿਸ ਤਰ੍ਹਾਂ ਉਹ ਟਾਈਮ ਵੇਖਿਆ ਕਿਸ ਤਰ੍ਹਾਂ ਸਾਰਾ ਕੁਝ ਬਰਦਾਸ਼ਤ ਕੀਤਾ ਜਾਂ ਜੇ ਆਪਾਂ ਆਜ਼ਾਦੀ ਦੀ ਗੱਲ ਕਰ ਲਈਏ ਤਾਂ ਕਿਵੇਂ ਆਜ਼ਾਦੀ ਲੱਭੀ ਕਿਵੇਂ ਮੁਲਕ ਮਿਲਿਆ ਸੋ ਇਹ ਸਾਰੀ ਗੱਲਬਾਤ ਜਿਹੜੀ ਵਾ ਸਾਂਝੀ ਕਰੀਦੀ ਆ ਜਿਸ ਤਰ੍ਹਾਂ ਅਸੀਂ ਜੇ ਅਸੀਂ ਇੱਕ ਪ੍ਰੋਗਰਾਮ ਲੈ ਕੇ ਅਸੀਂ ਆਏ ਹਾਂ ਫੈਸਲਾਬਾਦ ਦੇ ਪਿੰਡ ਦੇ ਵਿੱਚ ਉਹਨਾਂ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਇਹ ਸਾਰਾ ਕੁਝ ਵੇਖਿਆ ਆਪਣੇ ਪਿੰਡਿਆਂ 'ਤੇ ਹੰਢਾਇਆ ਜਿਹੜੇ ਪਿੰਡ ਗਾਲਬ ਕਲਾਂ ਤਹਿਸੀਲ ਜਗਰਾਓਂ ਲੁਧਿਆਣੇ ਤੋਂ ਉੱਠ ਕੇ ਇੱਥੇ ਲੈਲਪੁਰ ਆਏ ਨੇ ਅਤੇ ਉਹ ਗੱਲ ਕਰਦੇ ਉਹਨਾਂ ਕੋਲ ਨਾਲ ਉਹਨਾਂ ਬਜ਼ੁਰਗਾਂ ਦੇ ਨਾਲ ਅਤੇ ਉਹਨਾਂ ਕੋਲੋਂ ਪੁੱਛਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨ ਅਸਲਾਮ ਵਾਲੇਕੁਮ ਬਾਬਾ ਜੀ ਵਾਲੇਕੁਮ ਕੀ ਹਾਲ ਜੀ ਠੀਕ ਠਾਕ ਜੀ ਕੀ ਨਾਂ ਤੁਹਾਡਾ ਬਾਬਾ ਜੀ ਮੇਰਾ ਨਾਂ ਚਿਰਾਗਦੀਨ ਚਿਰਾਗਦੀਨ ਅਤੇ ਅੱਬਾ ਜੀ ਤੁਹਾਡੇ ਦਾ ਅਬਦੁਲ ਲਤੀਫ ਅਬਦੁਲ ਲਤੀਫ ਤੁਹਾਡਾ ਬਾਬਾ ਜੀ ਕੀ ਨਾਂ ਜੀ ਬਾਗ ਅਲੀ ਬਾਗ ਅਲੀ ਤੁਹਾਡਾ ਮੁਹੰਮਦ ਹਯਾਤ ਮੁਹੰਮਦ ਹਯਾਤ ਇਹ ਤੁਸੀਂ ਤਿੰਨੋਂ ਬਜ਼ੁਰਗ ਇੱਕੋ ਹੀ ਪਿੰਡ ਤੋਂ ਪਿੱਛੋਂ ਆਏ ਜੀ ਇੱਕੋ ਪਿੰਡ ਕਿਉਂ ਜੀ ਗਾਲਬ ਕਲਾਂ ਦੇ ਤਿੰਨੇ ਹੀ ਹਾਂਜੀ ਇਹ ਗਾਲਬ ਕਲਾਂ ਦੇ ਤਿੰਨੇ ਹਾਂਜੀ ਇਹ ਸਾਡਾ ਜਾਨੀ ਖੇਤ ਘਰ ਸਾਂਝ ਇੱਕ ਥਾਂ ਇੱਕ ਪੱਤੀ ਚ ਸੀਗੇ ਤੇ ਕਿਹੜੀ ਬਰਾਦਰੀ ਆਪਣੀ ਮੈਂ ਤਾਂ ਮਿਸਤਰੀ ਹਾਂ ਹਾਂ ਠੀਕ ਹੈ ਤੁਸੀਂ ਮਿਸਤਰੀ ਤੇ ਇਹ ਦੋਵੇਂ ਗੁਜਰ ਦੋਵੇਂ ਅੱਛਾ ਅੱਛਾ ਠੀਕ ਠੀਕ ਤੇ ਇਹ ਦੱਸੋ ਵੀ ਆਪਣੀ ਉਮਰ ਕਿੰਨੀ ਸੀ ਜਦੋਂ ਹੋਈ ਆ ਵੰਡ ਮੈਂ 30 ਸਾਲ ਦਾ ਸੀ ਜਵਾਨ ਸੋ ਵਿੱਚ ਵਿਆਹ ਹੋਇਆ ਸੀ ਸ਼ਾਦੀ ਹੋਈ ਸੀ ਤੇ ਦੂਜਾ ਬਾਲੀ ਬੱਚੇ ਇੱਧਰ ਦੇ ਪਿੰਡ ਦਾ ਹੀ ਕਰਦੇ ਸੋ ਕੰਮ ਕੁਮਾਰ ਪਿੰਡ ਦਾ ਫਿਰ ਤੇ ਸਾਰੀ ਗੱਲ ਜਾਣਦੇ ਹੋਣੇ ਸਾਰਿਆਂ ਨੂੰ ਜਾਣਦੇ ਹੋਣੇ ਅਸੀਂ ਜਾਣਦੇ ਕਰੀਬ ਕਰੀਬ ਨਾ ਪਿੰਡ ਬਹੁਤ ਵੱਡਾ ਸੀ ਅਸੀਂ ਦੂਜਾ ਕੰਮ ਕਰਦੇ ਸੀ ਆਪਦੇ ਦੁਕਾਨਦਾਰੀ ਦਾ ਜਿਹੜਾ ਮੇਰਾ ਦਾਦਾ ਸੀ ਨਾ ਉਹ ਖੁਰੀਆਂ ਲਾਉਂਦਾ ਸੀ ਡੰਗਰਾਂ ਦੇ ਇਸ ਵਜ੍ਹਾ ਦੇ ਨਾਲ ਸਾਨੂੰ ਪਿੰਡ ਦੇ ਨਾਲ ਬਹੁਤ ਜਾਣੀ ਮੁਲਾਕਾਤ ਸੀ ਇਕੱਲੇ ਘਰ ਨੂੰ ਜਾਣਦੇ ਹਾਂ ਇਕੱਲੇ ਇਕੱਲੇ ਘਰ ਨੂੰ ਜਾਣਦੇ ਤੇ ਆਪਣਾ ਇਹਦਾ ਪਿੰਡ ਜਿਹੜਾ ਗਾਲਬ ਕਲਾਂ ਆਪਣਾ ਜੀ ਇਹਦੇ ਲਾਗੇ ਲਾਗੇ ਕਿਹੜੇ ਪਿੰਡ ਪੈਂਦੇ ਨੇ ਕੋਈ ਹੈ ਜਿਹਨ 'ਚ ਯਾਦ ਇਹਦੇ ਸਾਰੇ ਯਾਦ ਆ ਦੋ ਪਿੰਡ ਦਾ ਇਹਦੇ ਵਿੱਚੋਂ ਬਸਤੀਆਂ ਵਜੀਆਂ ਇੱਕ ਰਣ ਸਿੰਘ ਆ ਅਤੇ ਇੱਕ ਖਰਮੱਟੇ ਇਹ ਦੋ ਬਸਤੀਆਂ ਸਿੱਖਾਂ ਦੀਆਂ ਨਾ ਵਜੀਆਂ ਹੈਗੀਆਂ ਇਸੇ ਪਿੰਡ ਦੇ ਵਿੱਚ ਇੱਕ ਪਿੰਡ 'ਚ ਕਿਉਂ ਹੋਰ ਕਿਹੜਾ ਪਿੰਡ ਲੱਗ ਗਿਆ ਪਿੰਡ ਵੱਡਾ ਸੀ ਹੋਰ ਲੱਗੇ ਲੱਗੇ ਹੋਰ ਪਿੰਡ ਤਲਵੰਡੀ ਵੀ ਸੀ ਤਲਵੰਡੀ ਆ ਸਿੱਖਾਂ ਦਾ ਪਿੰਡ ਵੀ ਸਿੱਖਾਂ ਦਾ ਪਿੰਡ ਕੀਰੀ ਵਿੱਚੋਂ ਨਿਕਲੀ ਸੀ ਕੀਰੀ ਆ ਪਿੰਡ 'ਚ ਜਾਣੀ ਉਹ ਵੀ ਆ ਤੇ ਲਾਗੇ ਦੂਜਾ ਜਗਰਾਓਂ 4 ਮੀਲ ਸੀ ਜਗਰਾਓਂ 4 ਮੀਲ ਹਾਂ ਤੇ ਕਲੇਰ ਜਿਹੜੇ ਸੀਗੇ ਉਹ ਕੋਈ 2-2.5 ਮੀਲ ਸੀ ਕਲੇਰਾਂ ਪਿੰਡ ਸੀ ਸਿੱਖਾਂ ਦਾ ਸਿੱਖਾਂ ਦਾ ਹੀ ਸੀ ਉਹ ਕੋਈ ਮੁਸਲਮਾਨ ਥੋੜ੍ਹੇ ਕੋਈ ਕੰਮਕਾਰ ਵਾਲੇ ਕੋਕਰੀ 5-5 ਮੀਲ ਤੇ 4-4 ਮੀਲ ਤੇ ਬਹੁਤ ਇਹ ਤਾਂ ਬਹੁਤ ਪਿੰਡ ਸੀ ਨਾ ਨਹਿਰੀ ਸੱਤ ਸਾਲ ਹੋ ਗਏ ਸੀ ਨਹਿਰੀ ਪਾਣੀ ਆਏ ਨੂੰ ਤੇ ਅੱਗੇ ਬਰਾਨੀ ਪੈ ਸੀ ਬਾਬਾ ਜੀ ਤੁਹਾਡੀ ਕਿਹੜੀ ਪੈਲੀ ਕਿਹੜੇ ਖੂਹ ਤੇ ਸੀ ਇਹਨਾਂ ਦਾ ਵੱਖਰਾ ਹੋਰ ਨਹੀਂ ਵਜ੍ਹਾ ਨਾ ਇਹਨਾਂ ਦਾ ਖੂਹ ਹੋਰ ਪਾਸੇ ਸੀ ਇਹਨਾਂ ਦਾ ਹੋਰ ਰਕਬੇ ਦੇ ਮੁਤਾਬਕ ਨਾ ਜ਼ਮੀਨ ਬਦਲ ਕੇ ਤੇ ਖੂਹ ਵੱਖਰੇ ਵੱਖਰੇ ਰੱਬੇ ਬੰਦੀ ਨਹੀਂ ਸੀ ਨਾ ਕਿੰਨੇ ਸੀ ਮੁਸਲਮਾਨਾਂ ਦੇ ਘਰ ਪਿੰਡ 'ਚ ਪਿੰਡ ਬਹੁਤ ਵੱਡਾ ਸੀ
ਅੰਦਾਜ਼ਨ ਕਿੰਨੇ ਘਰ ਮੁਸਲਮਾਨਾਂ ਦੇ ਹੋਣੇ ਉਦੋਂ? ਇਹਦਾ ਹੁਣ ਇਹ ਮੈਂ ਹੁਣ ਸਾਰਕਾਂ ਨਹੀਂ ਨਾ ਕਿਹਨੇ 14,000 ਏਕੜ ਸੀ ਕਾਲਮ ਦਾ। ਅੱਛਾ, ਇਹ ਜਵਾਤ ਵਿੱਚ ਮੁਸਲਮਾਨ ਸਾ ਤੇ ਸਿੱਖ ਮਤਲਬ ਬਹੁਤ ਵੱਡਾ ਸੀ, ਬਹੁਤ ਵੱਡਾ ਬਕਲਾਉ, ਬਹੁਤ ਵੱਡਾ। ਪੰਜ ਪੱਤਿਆਂ ਜ਼ਿਮੀਂਦਾਰਾਂ ਦੀਆਂ ਸੀ, ਇੱਕ ਚੂੜਿਆਂ ਦੀ, ਇੱਕ ਹੋਰ ਕਮੀਆਂ ਦੀ, ਦੋ ਸਿੱਖਾਂ ਦੀਆਂ ਪੱਤੀਆਂ, ਦੋ ਮੁਸਲਮਾਨਾਂ ਦੀਆਂ, ਇੱਕ ਮੁਸਲਮਾਨਾਂ ਦੇ ਸਿੱਖਾਂ ਸਾਂਝੀ। ਅੱਛਾ, ਇੱਕ ਗੱਲ ਦਾ ਹੋਰ ਕਰਨੀ ਗੱਲ, ਜਿਹੜਾ ਆਪਾਂ ਸਾਡੇ ਤੇ ਹਾਲੇ ਤੱਕ ਵੀ ਚੱਲਦਾ ਚੂੜੇ ਆਖਦੇ ਨੇ, ਹੁਣ ਉਧਰ ਨਹੀਂ ਆਉਂਦੇ ਚੂੜੇ, ਉਹਦਾ ਗੁੱਸਾ ਕਰਦੇ। ਆਹੋ, ਮੁੰਡੇ ਨਹੀਂ ਆਉਂਦੇ, ਉਹ ਮਜ਼ਬੀ ਮਜ਼ਬੀ ਕਹਾਉਂਦੇ ਸੀ ਨਾ, ਮਜ਼ਬੀ ਕਹਾਉਂਦੇ ਸੀ ਉਦੋਂ, ਲਫ਼ਜ਼ ਚੂੜਾ ਹੀ ਚੱਲਦਾ ਸੀ, ਚੂੜਾ ਚੱਲਦਾ ਸੀ। ਹੁਣ ਥੋੜਾ ਸਾਡੇ ਬਜ਼ੁਰਗ ਦੱਸਦੇ ਨੇ, ਜਿਹੜੇ ਸਰਕਾਰੀ ਮੁਲਾਜ਼ਮ ਸੀ ਨਾ ਚੂੜੇ, ਉਹਨਾਂ ਦੇ ਸਿਰ 'ਚ ਪੱਗ ਦੇ ਵਿੱਚ ਇਲ ਦਾ ਖੰਭ ਟੰਗਿਆ ਹੁੰਦਾ, ਲਾਲ ਪੱਗ ਹੁੰਦੀ, ਲਾਲ ਪੱਗ, ਉਹ ਕਾਹਦੇ ਵਾਸਤੇ ਪਤਾ ਲੱਗ ਜਾਂਦਾ, ਨਿਸ਼ਾਨੀ ਚੂੜੇ ਦੀ ਨਿਸ਼ਾਨੀ ਸੀ। ਅੱਛਾ ਅੱਛਾ, ਬਹੁਤਾ ਵੀ ਨਾ ਤੁਸੀਂ ਹੋਰ ਪਾਈ ਜਾਓ ਯਾਰ ਜੀ, ਰਿਐਲਿਟੀ ਦੱਸਣੀ ਆ। ਰਿਐਲਿਟੀ ਨਹੀਂ ਨਹੀਂ, ਉਹ ਤੇ ਅਸਲ ਗੱਲ ਇਹ ਵੀ ਹਕੀਕਤ ਤੇ ਹੀ ਆ, ਇਹ ਜਿਹੜੇ ਬਜ਼ੁਰਗ ਨੇ ਇਹ ਤੋਂ ਜੋ ਵਰਡਿੰਗ ਜੋ ਲਫ਼ਜ਼ ਚੱਲਦੇ ਸੀ ਉਹ ਅੱਜ ਵੀ ਉਹੀ ਕਹਿੰਦੇ। ਅਕਸਰ ਨਾ ਪ੍ਰੋਗਰਾਮ ਦੇ ਵਿੱਚ ਕ੍ਰਿਟਿਸਿਜ਼ਮ ਹੋ ਜਾਂਦੀ ਇਸ ਗੱਲ 'ਤੇ, ਇਸ ਇਹਨਾਂ ਲਫ਼ਜ਼ ਬੋਲਣ 'ਤੇ, ਲੇਕਿਨ ਅਸਲ ਦੇ ਵਿੱਚ ਇਹਨਾਂ ਬਜ਼ੁਰਗਾਂ ਦਾ ਇਹਦੇ ਵਿੱਚ ਨਹੀਂ ਆਏ, ਉਦੋਂ ਜਦੋਂ 47 ਤੋਂ ਪਹਿਲਾਂ ਜਾਂ ਉਸ ਵੇਲੇ ਇਹ ਜਿਹੜੇ ਲਫ਼ਜ਼ ਯੂਜ਼ ਹੁੰਦੇ ਸੀ ਉਹ ਹੁਣ ਅੱਜ ਵੀ ਉਹ ਯੂਜ਼ ਕਰਦੇ, ਇਹਨਾਂ ਨੂੰ ਉਹੀ ਪਤਾ ਵਾ ਵੀ ਉਹਨਾਂ ਨੂੰ ਫਲਾਣਾ ਆਉਂਦੇ। ਸੋ ਜਿਹੜੇ ਇਸ ਗੱਲ ਤੋਂ ਥੋੜ੍ਹਾ ਜਿਹਾ ਕਰਦੇ ਮੈਨੂੰ ਸਾਨੂੰ ਮੈਸੇਜ ਅਕਸਰ ਆਉਂਦੇ ਹੁੰਦੇ, ਅਤੇ ਉਹਦੇ ਵਿੱਚ ਅਬਹਾਮ ਇਹੀ ਆ ਕਿ ਇੱਧਰ ਵੀ ਅੱਜ ਤੱਕ ਵੀ ਜਿਹੜਾ ਵਾ, ਹੁਣ ਚਲੋ ਈਸਾਈ ਜਾਂ ਦੂਸਰੇ ਕਹਿ ਲੈਂਦੇ, ਲੇਕਿਨ ਉਦੋਂ ਲਫ਼ਜ਼ ਜਿਹੜੇ ਵਾ ਇਹੀ ਚੱਲਦੇ ਸੀ। ਅਸਲ ਹਕੀਕਤ ਤੇ ਆ, ਆ ਚੌਂਤੇ ਹੁੰਦੇ ਸੀ, ਹੁਣ ਤਾਂ ਘੱਟ ਗਏ, ਚੌਂਤੇ ਦੇ ਨਹੀਂ ਚੜ੍ਹਦਾ ਹੁੰਦਾ, ਚੂੜਾ ਨਾ ਚੂੜੀ ਪਿੱਛੇ ਬੈਠੇ ਨਾਲ ਰੋਟੀ ਪਾਉਂਦਾ। ਅੱਛਾ, ਪਿੰਡ ਦੇ ਨੰਬਰਦਾਰ ਕਿਹੜਾ ਸੀ ਤੁਹਾਡੇ, ਤੁਹਾਡੀ ਬਰਾਦਰੀ? ਸਾਡੇ ਮੁਸਲਮਾਨਾਂ ਦੇ ਨੰਬਰਦਾਰ ਇੱਥੇ ਕੀਮਾ ਮੌਲਿਕਾ ਬੈਠਾ, ਸਰਦਾਰ ਸਰਦਾਰ ਜੀ, ਇੱਕ ਚਾਂਜਲਾ ਰਾਜਪੂਤ ਸੀ ਸ਼ਰੀਫ ਨੰਬਰਦਾਰ, ਇਹ ਦੋ ਮੁਸਲਮਾਨਾਂ ਦੇ, ਤਿੰਨ ਸਿੱਖ ਸੀ, ਉਹਨਾਂ ਦੇ ਨਾਵਾਂ ਦਾ ਬਾਬੇ ਨੂੰ। ਸਿੱਖਾਂ ਦਾ ਕਿਹੜਾ ਕਿਹੜਾ ਸੀ ਨੰਬਰਦਾਰ? ਹਾਂਜੀ, ਸਿੱਖਾਂ ਦਾ ਨੰਬਰਦਾਰ ਕਿਹੜਾ ਕਿਹੜਾ ਸੀ? ਸਾਡੇ ਸੀਗਾ ਹੁਣ ਨੰਬਰਦਾਰੀ ਸਾਡੀ ਅੱਧੀ ਪਿੱਤੀ ਜਿਹੜੀ ਹੈ ਨਾ, ਅਸੀਂ ਆ ਸਾਰੇ ਇਹ ਪੜੋਸੀ ਸਾਡੀ, ਉਹਨਾਂ ਦੇ ਨਾਲ ਨਾ ਸੱਤ ਹਿੱਸੇ ਸਾਡੇ ਸੀ, ਨੌ ਉਹਨਾਂ ਦੇ ਸੀ, ਯਾਨੀ ਕਿਸੇ ਹਿਸਾਬ 'ਚ ਕਰ ਲਾ ਨਾ, ਪਾਣੀ ਵੀ ਅਸੀਂ ਸੱਤਾਂ 'ਤੇ ਬਣਦੇ ਸੀ ਅਤੇ ਉਹ ਨਵਾਂ 'ਤੇ ਬਣਦੇ। ਉਹ ਸਾਡਾ ਸਿੱਖ ਇਸ ਵੇਲੇ ਨੰਬਰਦਾਰ ਸੀ ਝੰਡਾ ਸਿੰਘ ਵਕੀਲ, ਸਮਝਦਾ ਝੰਡਾ, ਆ ਅਤੇ ਜਿਹੜਾ ਸੀਗਾ ਇਹਨਾਂ ਦਾ ਦੂਜਿਆਂ ਦਾ ਉਜਲੀਆਂ ਪੱਤੀਆਂ ਦਾ ਇੱਕ ਸੀਗਾ, ਦੂਜਾ ਨਾਂ ਕੀ ਲੈਂਦੇ ਆ ਉਹ ਸੀਗਾ, ਉਹਦਾ ਨਾਂ ਨਾਂ ਵਿਸਰਦਾ, ਅਤੇ ਇੱਧਰ ਦਾ ਜਿਹੜਾ ਸੀਗਾ ਨਾ ਇਹ ਮਲਕੀਤ ਦੀ ਪੱਤੀ ਦਾ ਸੀਗਾ, ਇਹ ਦੂਜਾ ਹੁਣ ਉਹਨਾਂ ਦੇ ਨਾਂ ਅਸਲੀ ਵਿਸਰਿਆ, ਸਮਝਦਾ ਨਾ। ਅੱਛਾ, ਪਿੰਡ ਦੇ ਵਿੱਚ ਜਿਹੜਾ ਆਪਣਾ ਇੱਥੋਂ ਵਾਲਾ ਪਿੰਡ ਗਾਲਬ ਕਲਾਂ ਜੀ, ਉੱਥੋਂ ਵਾਲੇ ਲੋਕ ਜਿਹੜੇ ਮੁਸਲਮਾਨ ਸੀ ਜਿਨ੍ਹਾਂ ਦਾ ਤੁਹਾਨੂੰ ਪਤਾ ਵਾ ਜੀ, ਉਹ ਦੱਸਿਓ ਵੀ ਇੱਧਰ ਕਿੱਥੇ ਕਿੱਥੇ ਆ ਕੇ ਬੈਠੇ, ਕਿਹੜੇ ਕਿਹੜੇ ਥਾਂ, ਇਹ ਤਾਂ ਬਹੁਤ ਇਹਨਾਂ ਦਾ ਪਤਾ ਤੁਹਾਨੂੰ, ਉਹ ਤਾਂ ਬਹੁਤ ਦੂਰ ਜਾ ਰਹੀ, ਕਿੱਥੇ ਕਿੱਥੇ ਦੱਸੋ ਤੁਸੀਂ। ਉਹਨਾਂ ਮੇਰੀ ਗੱਲ ਸੁਣ, ਪਿੰਡ ਸੀ ਬਹੁਤਾ ਵੱਡਾ, ਉਹਨਾਂ ਦੀ ਗਾਂ ਤੀਜੀ ਛੇ ਫੁੱਟ ਵੀ ਨੰਗੀ ਖੜੀ ਹੈ, ਜਿਹੜੇ ਮੈਂ ਇੱਥੋਂ ਵੱਡੇ ਉਹ ਵੀ ਗਏ, ਮੇਰੇ ਹਾਣੀ ਵੀ ਗਏ, ਗਾਂ ਜਿਹੜੇ ਆਹ ਨਾ ਗਾਂ ਇਹਨਾਂ ਤੋਂ ਵੀ ਗਾਂ ਨੰਗੇ ਹੋਏ। ਹੁਣ ਦੇਖਣਾ ਪਿੰਡ ਪੰਜ ਮਸੀਤਾਂ ਸੀ ਅਤੇ ਵਿੱਚ ਨਾ ਘਰਾਂ ਦਾ ਤਾਂ ਰਿਹਾ ਹੀ ਕੱਖ ਨਹੀਂ ਹੈਗਾ, ਸਮਝਦਾ ਕਿ ਨਹੀਂ। ਪੰਜ ਮਸਜਿਦ ਵੀ ਤੇ ਬਹੁਤ ਵੱਡੇ, ਬਹੁਤਾ ਵੱਡਾ ਖਰਾਬ ਸੀ, ਕੁਛ ਦਾ ਪਤਾ ਹੋਵੇ ਵੀ ਫਲਾਣੇ ਫਲਾਣੇ ਥਾਂ ਬਾਪੇ ਲਾਗੇ ਲਾਗੇ ਜਿਹੜੇ ਬੈਠੇ, ਇੱਥੇ 14 'ਚ ਬੈਠੇ ਗਾਲਬ ਦੇ, 57 'ਚ ਬੈਠੇ ਆ ਇੱਥੇ ਫੈਸਲਾਬਾਦ, ਫੈਸਲਾਬਾਦ ਗਿੱਦੜ ਪਿੰਡੀ ਬੈਠੇ ਆ, ਉੱਧਰ ਅੱਗੇ ਚਲੋ ਸਰਦਾਰ 'ਚ ਬੈਠੇ ਆ, ਧਾਂਦਰੇ ਬੈਠੇ ਆ, ਚੈਜਰ ਵਾਲੇ ਬੈਠੇ, ਸੋਹਲ 'ਚ ਬੈਠੇ ਆ, ਆਪਣੇ ਜ਼ਿਲ੍ਹੇ ਦੇ ਮੋਟੇ ਮੋਟੇ ਪਿੰਡਾਂ ਦਾ ਬਹੁਤ ਬਹੁਤ ਦੂਰ ਜਾ ਰਿਹਾ ਉਹਨਾਂ ਦਾ, ਬਾਬਾ ਜ਼ਿਆਦੀ ਉਮਰ ਦਾ ਬਹਿੰਦਾ, ਬਾਬਾ ਦੀ ਉਮਰ ਜ਼ਿਆਦੀ ਉਮਰ ਬਹਿੰਦੇ, ਪੀਰ ਮਹੱਲ ਬੈਠੇ ਆ, ਬਹੁਤ ਖਲਾਰਾ ਜ਼ਿਆਦਾ ਹੋ ਜ਼ਿਆਦਾ ਹੋ ਗਿਆ, ਵਿਹਾੜੀ ਬਹੁਤ ਕਹਿੰਦੇ 100 ਪਿੰਡ 'ਚ ਉਹਨੇ 100 ਮਸਜਿਦ ਬਣਾਈ ਹੋਣੀ, ਜਮਾਤ ਇਹ ਲੈ ਸੀਗਾ ਸਾਰਾ ਮੁਸਲਮਾਨ, ਇੱਕ ਨੂੰ ਮੰਨਣ ਵਾਲੇ, ਹਾਂ ਤੂੰ ਗੁੱਸਾ ਕਰੇ ਇੱਕ ਨੂੰ ਮੰਨਣ ਵਾਲੇ, ਦੋਵਾਂ ਨੂੰ ਨਹੀਂ ਮੰਨੇ।
ਕਬਰ ਚੱਟ ਨੀ ਗੁਜ਼ਾਰਾ ਕਰਦੇ ਹੋ ਤੇ ਉਹ ਫਿਰ ਇੱਕ ਜਾਂ ਦੋ ਵਾਲੀ ਤੇ ਗੱਲ ਕੋਈ ਨੀ, ਉਹ ਵੀ ਜਿਹੜਾ ਜਦੋਂ ਜਿਵੇਂ ਤੁਸੀਂ ਦੱਸਦੇ ਹੋ ਮੇਰੇ ਗੱਲਾਂ ਕਰਨ ਤੋਂ ਪਹਿਲਾਂ ਵੀ ਚੰਗਾ ਸਲੂਕ ਇਤਫਾਕ ਸੀ ਤੇ ਉਹਦੇ ਵਿੱਚ ਆਪਣੇ ਹਰ ਬੰਦੇ ਦਾ ਕੀਤਾ ਤੇ ਆਪਣਾ ਮੰਨਣਾ ਤੇ ਉਹਨੇ ਆਪਣੇ ਹਿਸਾਬ ਨਾਲ ਵੀ ਤੁਹਾਡਾ ਉਹਨਾਂ ਦਾ ਇਖਲਾਫ ਨਹੀਂ ਸੀ ਫਿਰ ਦੂਜਿਆਂ ਦਾ ਕਾਹਦਾ ਹੋਣਾ। ਨਹੀਂ ਸਾਡਾ ਜਿਹੜਾ ਸੀ ਨਾ ਸਾਡੇ ਜਿਹੜੀ ਪੰਜ ਮਸਜਿਦਾਂ ਨਾ ਇੱਕ ਕੀਤੇ ਦੇ ਸੀ ਕੋਈ ਪੀਰ ਪ੍ਰਾਸ ਨਹੀਂ ਇੱਕ ਜੁਮਾ ਇੱਕ ਦਾ ਪੜ ਲੈਂਦੇ ਸੀ ਹੋਰ ਆਪਣੀ ਮਸਜਿਦਾਂ ਬੱਕਰੀਆਂ ਕਰਕੇ ਬਣਾਈਆਂ ਜਾਂਦੀਆਂ। ਅੱਛਾ ਇਹ ਦੱਸੋ ਬਜ਼ੁਰਗੋ ਆਪਣੇ ਤੁਹਾਡੇ ਹਾਨ ਦੇ ਕੋ ਤੁਹਾਡੇ ਕੋਈ ਯਾਰ ਦੋਸਤ ਕੋ ਸਰਦਾਰਾਂ ਦਾ ਜਾਂ ਹਿੰਦੂਆਂ ਦਾ ਕੋ ਹੈ ਯਾਦ ਕਿਹੜਾ ਸੀ ਆਪਣੀ ਪੱਤੀ ਦੇ ਜਿਹੜੇ ਮਰਜ਼ੀ ਪੁੱਛਦਾ ਤੂੰ ਦੱਸੋ ਜਿਹੜੇ ਕੋ ਤੁਹਾਡੇ ਨਾਲ ਫਿਰਦੇ ਫੁਰਦੇ ਸੀ ਤੁਹਾਡੇ ਹਾਨ ਦੇ ਜਾਂ ਨਿੱਕੇ ਕੁਛ ਸਾਡੇ ਹਾਨ ਦੇ ਤੂੰ ਬਈ ਕਿਹੜਾ ਵੀ ਸੀ ਜਿਹੜਾ ਉਹਦੇ ਬਦਮਾਸ਼ੀ ਚੱਲਦਾ ਸੀ ਕੀ ਨਾਮ ਸੀ ਉਹਦਾ ਕੇਰ ਸਿੰਘ ਕੇਰ ਹਾਂ ਇੱਕ ਜਵਾਲਾ ਲਾਲੂ ਲਾਲ ਠਾਕਰ ਬਰਿਆਮੀ ਨੋਟ ਕਰੀ ਜਾ ਕਿੰਨੇ ਕੁ ਬੰਦੇ ਕਹਿਣਾ ਅੱਛਾ ਬਰਿਆਮੀ ਤੇ ਗਾਂ ਸੱਜਣ ਬਚਨਾ ਤੇ ਗਾਂ ਵਿਜਾ ਭਗਵਾਨਾ ਤੇ ਗਾਂ ਬਚਨਾ ਤੇ ਗਾਂ ਦੂਜਾ ਫੇਰ ਮੰਗਲ ਤੇ ਗਾਂ ਦੂਜਾ ਉਹ ਦੂਜਾ ਨਾਂ ਕੀ ਲੈਂਦੀ ਹੈ ਨਰੰਜਨ ਹੈਂ ਸਰੂਪੀ ਵੱਧਦੇ ਆ ਤਾਂ ਹੁਣ ਹਿਸਾਬ ਚ ਨਹੀਂ ਕਰਦਾ ਤੁਸੀਂ ਜਾਣਦੇ ਜੇ ਇਹ ਨੀ ਜਾਣਦਾ ਇਹ ਤਾਂ ਛੋਟਾ ਸੀ ਇਹ ਤਾਂ ਬਹੁਤ ਛੋਟਾ ਇਹਨੂੰ ਨੀ ਪਤਾ ਪਾਣੀ ਲਾਉਂਦੇ ਉਧਰ ਹਰਦੀਆਂ ਜਿਹੜਾ ਮੇਰੇ ਬਾਪ ਨੇ ਉਹ ਭਜਾ ਕਈ ਲੈ ਕੇ ਮਗਰ ਭਜੇ ਦੂਜਾ ਮਸਜਿਦ ਪੜ੍ਹਨ ਜਾਂਦਾ ਹੁੰਦਾ ਸੀ ਛੋਟਾ ਸੀ ਇੱਕ ਵਾਰ ਮੇਰਾ ਤਾਇਆ ਲੈ ਗਿਆ ਸ਼ਹਿਰ ਜਗਰਾਓ ਮੰਡੀ ਚ ਮੁਲਕ ਦੀ ਦੁਕਾਨ ਤੇ ਜਿੱਥੇ ਸਰਾਜ ਦੀ ਦੁਕਾਨ ਇੱਥੇ ਨੀ ਹੁੰਦੀ ਫਿਰ ਨਾਨਕਿਆਂ ਦੇ ਇੱਕ ਦੋ ਵਾਰੀ ਗਏ ਉਹਨਾਂ ਦੇ ਗੱਲਾਂ ਯਾਦ। ਅੱਛਾ ਬਜ਼ੁਰਗੋ ਇਹ ਦੱਸੋ ਵੀ ਜਦੋਂ ਨਹੀਂ ਸੀ ਪਈ ਉਜਾੜੇ ਜਦੋਂ ਪੈ ਗਏ ਆ ਜੀ ਉਦੋਂ ਪਹਿਲਾਂ ਪਤਾ ਲੱਗ ਗਿਆ ਸੀ ਵੀ ਹੁਣ ਸਾਨੂੰ ਜਾਣਾ ਪੈਣਾ ਪਹਿਲਾਂ ਪਤਾ ਲੱਗ ਗਿਆ ਜਦੋਂ ਨਾ ਇਹ ਕਿਹੜਾ ਸੀਗਾ ਜਿਸ ਦਿਨ ਇਹ ਮੁਲਕ ਦੀ ਵੰਡ ਹੋਈ ਆ ਕਿਹੜਾ ਦਿਨ ਸੀ ਉਹ ਜਦੋਂ 14 ਅਗਸਤ ਹੋਈ ਆ ਪਤਾ ਲੱਗ ਗਿਆ ਤੇ ਸਾਰੇ ਕਹਿਣ ਇਹ ਕਦੇ ਕੰਮ ਹੋਇਆ ਕਦੇ ਕੋਈ ਉੱਠਿਆ ਜਿਹੜੇ ਸਮਝਦਾਰ ਸੀ ਤੁਹਾਡੇ ਵਰਗੇ ਸਿਆਣੇ ਸੀ ਨਾ ਉਹ ਆਪਦਾ ਘਰ ਵੇਚ ਕੇ ਨਾ ਉਹ ਇੱਧਰ ਆ ਗਏ ਜਿਹਨਾਂ ਨੂੰ ਪਤਾ ਵੀ ਮੁਲਕ ਦੀ ਵੰਡ ਹੋ ਗਈ ਸਾਡੇ ਤਾਂ ਦਿਨ ਦੇ ਦਿਨ ਤੱਕ ਨਹੀਂ ਉਹ ਜਾਇਦਾਰ ਜਦੋਂ ਆਇਆ ਤਾਂ ਉਹ ਕਹਿੰਦੇ ਸੀ ਅਸੀਂ ਘਰ ਜੱਦੀ ਪੁਸ਼ਤੀ ਬੈਠੇ ਅਸੀਂ ਨਹੀਂ ਜਾਣਾ ਉਹਨਾਂ ਨੇ ਆ ਕੇ ਸਾਨੂੰ ਹਦਾਇਤ ਕੀਤੀ ਵੀ ਤੁਸੀਂ ਹੁਣ ਰਹਿ ਨਹੀਂ ਸਕਦੇ ਮੈਂ 20 ਦਿਨ ਤੁਹਾਡੀ ਰਾਖੀ ਕੀਤੀ ਆ ਹੁਣ ਕਿ ਨਹੀਂ ਤੁਹਾਨੂੰ ਜਾਣਾ ਪੈਣਾ ਅਤੇ ਤੁਹਾਨੂੰ ਮੈਂ ਆਵਾਜ਼ ਦੇ ਨਾਲ ਕਰਦਾ ਅਤੇ ਤੁਹਾਨੂੰ ਇੱਕ ਵਾਰੀ ਤਸੀਲੇ ਬਾਹਰ ਦਿੰਦਾ ਹਕੂਮਤ ਦੀ ਜ਼ਿੰਮੇਦਾਰੀ 'ਚ ਅਤੇ ਪਾਸੋਂ ਨਾ ਸਾਡੇ ਜਿਹੜੇ ਨਾ ਪਿੰਡ ਸਿੱਖਾਂ ਦੇ ਉਹ ਸਾਡੇ ਸਾਰੇ ਘੇਰਾ ਪਾਇਆ ਸੀ ਸਾਡੇ 'ਤੇ ਹਮਲਾ ਸੀ ਉਹਦੇ ਜਿਹੜੀ ਉਹਨਾਂ ਦੀ ਕਹਿੰਦੇ ਜ਼ਿੰਮੇਦਾਰੀ ਅੱਲਾ ਦੀ ਜਾਣੀ ਆਵਾ ਵੀਲਾਂ ਤੋਂ ਫੀਲ ਮਰਵਾ ਸਕੇ ਜਾਣਨਾ ਕਿੱਥੋਂ ਬੋਲਿਆ ਮੈਂ ਅਤੇ ਉਹ ਸਾਡੀ ਨਾ ਉਹ ਸਿੱਖ ਦੇ ਪਾਰੋਂ ਕਿ ਨਹੀਂ ਉਹਨੇ ਅਮਦਾਦ ਕੀਤੀ ਸਾਡਾ ਇੱਕ ਵੀ ਕੋਈ ਵੀ ਨਾ ਨਾ ਇੱਜ਼ਤ ਦਾ ਨਾ ਕਿਸੇ ਪਰੇਸ਼ਾਨੀ ਦਾ ਕਿੰਨੇ ਕੀਤੀ ਮਦਦ ਉਹ ਸਿੱਖ ਨੇ ਕੀਤੀ ਜੋਗਿੰਦਰ ਸਿੰਘ ਨੇ ਉਹਨੇ ਗਾਂ ਬੰਦੇ ਮੰਗਾਰੇ ਘੋੜੀਆਂ ਅਸਲਾ ਅਤੇ ਦੋਵੇਂ ਪਾਸੇ ਚੜ੍ਹ ਕੇ ਸਾਡੇ ਇੱਕ ਅਖਬਾਰ ਦੀ ਜਗਰਾਮਾਂ ਨੂੰ ਆਉਂਦੀ ਅਖਬਾਰੋਂ ਵੀ ਜ਼ਿਆਦਾ ਉਹਦੇ ਵਿੱਚ ਗੱਡੇ ਕੋਈ ਪੈਦਲ ਜਿਸ ਤਰ੍ਹਾਂ ਜੋਗਿੰਦਰ ਕਿੱਥੋਂ ਦਾ ਇਹ ਜੋਗਿੰਦਰ ਸਾਡੇ ਪਿੰਡ ਦਾ ਸੀ ਜੈਲਦਾਰ 12 ਪਿੰਡਾਂ 'ਤੇ ਉਦੋਂ ਹੁੰਦੀ ਸੀ ਜਾਇਦਾਰੀ ਜਿਸ ਤਰ੍ਹਾਂ ਹੁਣ MP ਹੈ ਨਹੀਂ ਤੇ ਦੂਜੇ ਪਿੰਡ ਵਾਲਿਆਂ ਨਾਲ ਮਦਦ ਉਹ ਵੀ ਨਾਲ ਸਨ ਦੂਜੇ ਪਿੰਡ ਵਾਲੇ ਨਹੀਂ ਇਹ ਇਕੱਲਾ ਬੰਦਾ ਸੀ ਇੱਕ ਸਾਰੇ ਪਿੰਡ ਜਿਹੜੇ ਨਾ ਜਿਹੜੇ ਆਪਣੇ ਕੋਕਰੀ ਜਾਂ ਇਹ ਤਲਵੰਡੀ ਇਹ ਸਾਰੇ ਇਹ ਬਾਹਰੇ ਛੋਟੇ ਪਿੰਡਾਂ ਦੇ ਨਾ ਜਿਹੜੇ ਮੁਸਲਮਾਨ ਸੀ ਨਾ ਉਹ ਇਹਨਾਂ ਦੇ ਛਿਸ਼ਕੇਰੇ ਅਤੇ ਜਰਾਇਕ ਨਹੀਂ ਇੱਥੇ ਅਜੂਮ ਬਹੁਤ ਇਕੱਠੀ ਹੋ ਗਈ ਜਾਣੀ ਇੱਕ
ਪਹਿਲਾਂ ਮੈਨੂੰ ਦੱਸਣ ਦੇ ਸੀ ਨਾ ਵੀ ਜਿਹੜਾ ਬਦਮਾਸ਼ ਦੱਸਦੇ ਜੋ ਤੁਸੀਂ ਉਹ ਪਿੰਡ ਛੱਡ ਕੇ ਚਲਾ ਗਿਆ ਉਹ ਪਿੰਡ ਚ ਪਰੇਸ਼ਾਨੀ ਤਾਂ ਉਹ ਕਿਉਂ ਵੀ ਮੈਂ ਉਜੜਦੇ ਦੇਖ ਨਹੀਂ ਸਕਦਾ ਅੱਛਾ ਜਾਨੀ ਉਹਨਾਂ ਨਾਲ ਸਲੋਕ ਸੀ ਅੱਛਾ ਉਹ ਉਹਦਾ ਕੇਰਣਾ ਕੇਰ ਸੋ ਜਿਹੜਾ ਸੀ ਨਾ ਉਹ ਦੋ ਤਿੰਨ ਦਿਨ ਅੱਗੋਂ ਨਿਕਲ ਗਿਆ ਵੀ ਪਿੰਡ ਛੱਡਦਿਆਂ ਨਹੀਂ ਵੇਖ ਸਕਦਾ ਹਾਂ ਬਈ ਉਹ ਨਹੀਂ ਉਹ ਵੀ ਇਹਨਾਂ ਨੂੰ ਉਜੜਦਿਆਂ ਨੂੰ ਮੈਂ ਦੇਖ ਨਹੀਂ ਸਕਦਾ ਇਹਨਾਂ ਦਾ ਪੜੋਸੀ ਜ਼ਿਆਦਾ ਸੀ ਸਾਡਾ ਮੈਂ ਉਹਦੇ 16 ਸਾਲ ਦੀ ਜ਼ਮੀਨ ਬਾਈ ਉਹਦੇ ਬਦਮਾਸ਼ ਜੀ ਅੱਛਾ ਅੱਛਾ ਉਹਦੀ ਸਾਹ ਸਲੂਕ ਚ ਉਵੇਂ ਛੱਡਿਆ ਆ ਸਲੂਕ ਚੰਗਾ ਸੀ ਉਹ ਫਿਰ ਪਰੇਸ਼ਾਨੀ ਵੀ ਮੈਂ ਇਹਨਾਂ ਨੂੰ ਉਜੜਦਿਆਂ ਨੂੰ ਦੇਖ ਨਹੀਂ ਸਕਦਾ ਪੁੱਜ ਸਕਦਾ ਨਹੀਂ ਬਾਹਰ ਸਕਦਾ ਨਹੀਂ ਤੇ ਕਿੱਥੇ ਛੱਡ ਕੇ ਗਏ ਫਿਰ ਤੁਹਾਨੂੰ ਹਾਂਜੀ ਸਾਨੂੰ ਜਗਰਾਨੀ ਛੱਡ ਕੇ ਗਏ ਜੀ ਜ਼ਿੰਮੇਦਾਰੀ ਹਕੂਮਤ ਦੀ ਕੈਂਪ ਲੱਗਾ ਸੀ ਕੈਂਪ ਲੱਗਾ ਸੀ ਤੁਹਾਨੂੰ ਪਤਾ ਉਹ ਕੈਂਪ ਦਾ ਯਾਦ ਆ ਇਹਨੂੰ ਨਹੀਂ ਪਤਾ ਇਹਦਾ ਨਿਆਣਾ ਸੀ ਇਹਦਾ ਜਿਆਦਾ ਤੇ ਫੌਜੀ ਟਿੱਪੇ ਦੇ ਫੌਜੀ ਕੈਂਪ ਵਿੱਚ ਲੱਗਾ ਖੈਮਾ ਉੱਥੇ ਗੱਡੀ ਆਉਂਦੀ ਸੀ ਫੌਜੀਆਂ ਰੋਜ਼ ਉਹ ਫਿਰ ਅੱਛਾ ਉਹ ਸਾਨੂੰ ਨਾ ਉੱਥੇ ਕੈਂਪ ਲੱਗਾ 9 ਮੀਲ ਜਗਰਾਵਾਂ ਤੋਂ ਪਾਸੇ ਇਹਦੇ ਨੂੰ ਸ਼ਮਾਲ ਦੇ ਪਾਸੇ ਤੇ ਉੱਥੇ ਉੱਥੇ ਨਾ ਮੈਟਰੀ ਸਾਡਾ ਜਾਣੀ ਜ਼ਿੰਮੇਦਾਰੀ ਕਰਦੀ ਉਹ ਸਾਡੇ ਉਠਾਉਣ ਦਾ ਕੋਈ ਜ਼ਿੰਮੇਦਾਰੀ ਨਹੀਂ ਸੀ ਉੱਥੇ ਅਸੀਂ ਬੈਠੇ ਰਹੇ ਫਿਰ ਉਹ ਜਾਣਾ ਬੰਦੇ ਵਿੱਚ ਫੌਜੀ ਸੀ ਨਾ ਉਹਨਾਂ ਆ ਕੇ ਨਾ ਜਿਹੜੇ ਕੋਈ ਸੂਬੇਦਾਰ ਸੀ ਕੋਈ ਕਿਸ ਤਰ੍ਹਾਂ ਉਹਨਾਂ ਨੇ ਆ ਕੇ ਤੇ ਇੱਥੇ ਫਿਰ ਆਪਦਾ ਕੋਈ ਦੱਸ ਪੁੱਛ ਕੀਤੀ ਤੇ ਫਿਰ ਉਹ ਦੂਜਾ ਕੈਂਪ ਨਾ ਉੱਥੇ ਅਸੀਂ ਆਏ ਫਿਰ ਕਿੰਨੇ ਮਹੀਨੇ ਰਹੇ ਕੈਂਪ ਅਸੀਂ ਪੌਣੇ 2 ਮਹੀਨੇ ਰਹੇ ਪੌਣੇ 2 ਮਹੀਨੇ ਤੇ ਖਾਣ ਪੀਣ ਦਾ ਕਿਵੇਂ ਖਾਣ ਪੀਣ ਦਾ ਕੋਈ ਨਾ ਬਸ ਅੱਲਾ ਹੀ ਹਾਫਜ਼ਾ ਇਹਦਾ ਬਾਪ ਮੈਥੋਂ ਕੋਈ 4-5 ਸਾਲ ਵੱਡਾ ਸੀ ਅਸੀਂ ਸਾਡਾ ਸਲੂਕ ਸੀ ਫਿਰ ਪਿੰਡੋਂ ਆ ਕੇ ਅਸੀਂ ਆਟਾ ਲਗਾਏ 4-4 ਮਣ ਜਿਹਨਾਂ ਦੇ ਅਸੀਂ ਸਮਾਨ ਸਿੱਟਿਆ ਸੀ ਉਹ ਸਾਡੇ ਨਾਲ ਗਏ ਅਤੇ ਜਿਹੜੇ ਸਿੱਖ ਉਹਨਾਂ ਟੱਕਦੇ ਵੀ ਇਹ ਜਵਾਈਆਂ ਦੀ ਹਾਲੇ ਵੀ ਹਫਾਜ਼ਤ ਕਰਦੇ ਜਾਣੀ ਇੱਥੋਂ ਤੱਕ ਉਹਨਾਂ ਨੂੰ ਨਾ ਤੈਸ਼ ਦਿੰਦੇ ਸੀ ਇੱਥੋਂ ਤੱਕ ਪਿੰਡ ਵਾਲੇ ਗਾਲਬ ਕਲਾਣਿਆਂ ਨੂੰ ਆਉਂਦੇ ਸੀ ਲੋਕ ਜਾਣੀ ਅਸੀਂ ਗਾਲਬ ਕਲਾਂ ਆਉਂਦੇ ਜਿੰਨੀ ਜੜਾ ਨਾ ਇੰਨੀ ਵਾਰ ਸਾਡਾ ਕੈਂਪ ਸੀ ਰਾਤ ਨੂੰ ਅਸੀਂ ਆਉਣਾ ਅਤੇ ਰਾਤ ਨੂੰ ਜਾਣਾ ਉਹ ਨਾਲ ਸਾਡੇ ਸਿੱਖ ਜਾਂਦੇ ਸੀ ਜਿਹਨਾਂ ਦੇ ਸਾਡਾ ਸਮਾਨ ਰੱਖਿਆ ਕਿੰਨਾ ਦੇ ਰੱਖਿਆ ਸੀ ਸਮਾਨ ਜਿੰਨਾ ਵੀ ਘਰ ਦਾ ਸੀ ਕਿੰਨਾ ਦੇ ਰੱਖਿਆ ਸੀ ਕਿੰਨਾ ਦੇ ਸਮਾਨ ਰੱਖਿਆ ਸਮਾਨ ਇਹਨਾਂ ਦਾ ਤਾਂ ਇਹਨਾਂ ਦਾ ਤਾਂ ਨਲਕੀਤ ਦੇ ਸੀ ਅਤੇ ਸਾਡਾ ਸੀਗਾ ਉਹ ਵਜਨਾ ਜਿਹਨਾਂ ਜਿਹਨਾਂ ਮਲਕੀਤ ਹੋਣਾ ਦੇ ਘਰ ਇਹਨਾਂ ਦਾ ਸਾਰਾ ਹੋਣਾ ਸਰਪੰਚ ਸੀ ਸਰਪੰਚ ਦੇ ਹੁਣ ਵੀ ਸਰਪੰਚ ਆ ਕੇ ਸਰਪੰਚ ਅੱਛਾ ਅੱਛਾ ਉਹ ਜਾਇਦਾਦ ਸਾਰੇ ਪਿੰਡ 'ਚ ਵੱਟੇ ਉਹ 900 ਕੁ ਮਾਮਾ ਸੀ ਜ਼ਮੀਨ ਕਿਸੇ ਟਾਈਮ 'ਚ ਉਹਨਾਂ ਦੀ ਹੁਣ ਉਹ 3-4 ਥਾਈ ਹੋ ਗਏ ਗਾਂ ਜਸ ਸਰ ਵੱਡਾ ਘਰ ਸੀ ਉਹ ਜਾਇਦਾਦ ਵੀ ਉਸ ਤੁਹਾਡਾ ਸਮਾਨ ਸੁਣ ਉਧਰ ਪਿਆ ਹਾਂ ਉਧਰ ਗਿਆ ਸੀ ਆ ਲੈ ਚਰਖਾ ਦਾਦੇ ਸੰਦੂਕ ਪਾਇਆ ਸਾਡੇ ਮਾਈਆਂ ਦੇ ਮੰਜੇ ਪਾਇਆ ਸਾਡੇ ਦਾਦੇ ਦਾ ਪਣਗ ਪਿਆ ਹਾਲੇ ਤੱਕ ਉਹਨਾਂ ਰੱਖਿਆ ਉਹਨਾਂ ਘਰਾਂ ਦਾ ਇਹਦਾ ਮਤਲਬ ਵੀ ਚੰਗਾ ਸੀ ਉਦੋਂ ਜੀ ਹੁਣ ਉਹ ਇੱਕ ਦੂਜੇ ਨਾਲ ਰਾਬਤਾ ਹੈਗਾ ਤੁਹਾਡਾ ਆਪਸ ਇਹ ਆਏ ਆ ਇਹ ਇੱਥੇ ਆਏ ਆ 3-4 ਸਾਲ ਉਹ ਵੀ ਆਏ ਇੱਥੇ ਹੁਣ ਤਾਂ ਪਤਾ ਨਹੀਂ ਉਹ ਹੈਗਾ ਕਿ ਨਹੀਂ ਕਮਜ਼ੋਰ ਹੋਇਆ ਸੀ ਨਵੀਂ ਦਾ ਮਤਲਬ ਪਹਿਲਾਂ ਵੀ ਪਿਆਰ ਤੇ ਫਿਰ ਚੰਗਾ ਸੀ ਉਹਨੂੰ ਬੜਾ ਪਿਆਰ ਸੀ ਜਦੋਂ ਰੱਬ ਨੇ ਅਦਾ ਦਿੱਤੀ ਨਾ ਪੁਲਿਸ ਚੌਕੀ ਡੰਡਾ ਖੜਕਦਾ ਰਹਿੰਦਾ ਸੀ ਮੁਸਲਮਾਨਾਂ ਦੇ ਸਿੱਖਾਂ ਦਾ ਪੁਲਿਸ ਚੌਕੀ ਪਟਵਾਰ ਖਾਨਾ ਬੱਚਿਆਂ ਦਾ ਸਕੂਲ ਉਦੋਂ ਸੀ ਉੱਥੇ ਇੱਥੇ ਆਉਣ ਵਾਲ ਲੱਗੇ ਨਾ ਉਹਦੇ ਬੱਚਿਆਂ ਉਹਦੀਆਂ ਬੜੀਆਂ ਸਥਾਨੀ ਇਲਾਕੇ 'ਚ ਰਹੀਆਂ ਦੀਨੀ ਇਲਮ ਬਹੁਤ ਸੀ 80-90 ਹਾਫਿਜ਼ ਨਾ ਕੁਰਾਨ ਮਜੀਦ ਦੇ ਫੌਤ ਹੋਏ ਜਾ ਕੇ ਆਏ ਨਾ ਇਹਨੇ ਹਾਫਿਜ਼ ਅੱਛਾ ਜਦੋਂ ਕੈਂਪ ਫਿਰ 2-2.5 ਮਹੀਨੇ ਬਾਅਦ ਇੱਧਰ ਨੂੰ ਆਏ ਪੌਣੇ 2 ਮਹੀਨਿਆਂ ਬਾਅਦ ਫਿਰ ਉੱਠੇ ਉੱਥੋਂ ਫਿਰ ਉੱਠੇ ਨਾ ਤੇ ਮੋਗੇ ਦੇ ਤੇ ਜਗਰਾਂ ਦੇ ਸਨ ਨਾ ਦਰਮਿਆਨ ਮਹਿਣਾ ਇੱਕ ਅੱਡਾ ਉੱਥੇ ਆ ਕੇ ਫਿਰ ਸਾਡਾ ਕੈਂਪ 7-30 ਮੀਲ ਪੈਂਡਾ ਕਰਾਉਂਦੇ ਆ ਤਿੰਨਾਂ ਪੈਂਡਿਆਂ ਦੇ ਵਿੱਚ ਕਿ ਤਿੰਨਾਂ ਦੇ ਪੜਾਵਾਂ 'ਚ ਨਹੀਂ ਸਾਨੂੰ ਉਹ ਗੰਡਾ ਸਿਵਾ ਨਗਾ ਦਿੱਤਾ ਉਹਨਾਂ ਨੇ ਯਾਨੀ ਕਮਜ਼ੋਰ ਲੰਗਰ ਵੀ ਗੱਡਿਆਂ 'ਤੇ ਵੀ ਸਿਸਣ 30 ਮੀਲ ਪੈਂਡਾ ਕਰਾਉਂਦੇ ਆ ਜਿਹੜੇ ਕਮਜ਼ੋਰ ਆ ਉਹਨਾਂ ਨੂੰ ਫੇਕ ਨਹੀਂ ਵੱਡਿਆਂ ਟਰਾਲਿਆਂ 'ਤੇ ਟੈਂਕ ਸਾਡੇ ਨਾਲ ਜਿਹੜੇ ਅਫਾਜਤੀ ਨਾ ਫੌਜ ਨਾਲ ਸਾਡੇ ਅਤੇ ਪੰਜ ਜੇ ਨਾਲ ਨਾ ਉਹ ਟੈਂਕ ਭੰਨੀ ਤੋੜੀ ਜਾਂਦੇ ਆ ਇੰਨੇ ਹਜੂਮ ਦੇ ਨਾਲ ਨਾ ਰਸਤਾ ਨਾਲ ਕਿ ਨਹੀਂ ਰੋਡ ਦੇ ਜਾਣੀ ਰਸਤਾ ਕਿ ਨਹੀਂ ਅਤੇ ਸਿੱਖ ਸਾਡੇ ਨਾਲ ਲੁੱਟਣ ਵਾਲੇ ਵੀ ਕਿ ਨਹੀਂ ਅਤੇ ਉਹ ਉਹਨਾਂ ਨੇ ਕਿ ਨਹੀਂ ਬਸ ਕੋਈ ਸਾਨੂੰ ਨਹੀਂ ਕਿ ਨਹੀਂ ਕੋਈ ਜਿਹੜਾ 90 ਮੀਲ ਪੈਂਡਾ ਕੀਤਾ ਨਾ ਸਾਡਾ ਇੱਕ ਚਿੜੀ ਦਾ ਨਹੀਂ ਨੁਕਸਾਨ ਹੋਇਆ
ਆਂਦੇ ਸੀ ਨਾ ਰਾਹ ਚ ਬੜੇ ਹੋ ਗਿਆ ਨੁਕਸਾਨ ਲੋਕਾਂ ਦਾ ਬੜਾ ਆਇਆ ਉਹ ਹੋਇਆ ਦੂਜੇ ਪਾਸੇ ਦਰਿਆ ਦੇ ਬਾਡੀ ਕਿ ਨਹੀਂ ਵੱਡ ਮਾਰ ਬਥੇਰੀ ਹੋਈ ਬਥੇਰੀ ਹੋਈ ਤੁਸੀਂ ਅਮਨ ਮਾਨ ਨਾ ਸਾਨੂੰ ਕਿ ਨਹੀਂ ਬਸ ਅਮਨ ਮਾਨ ਨੇ ਪਹੁੰਚ ਬਿਲਕੁਲ ਅੱਛਾ ਉਦੋਂ ਜਿਵੇਂ ਤੁਸੀਂ ਦੱਸਣ ਡੇ ਸੋ ਵੀ ਪਹਿਲੋਂ ਸੀ ਹਿਸਾਬ ਕਿਤਾਬ ਠੀਕ ਸਾਰਾ ਹੀ ਇੱਕ ਦੂਜੇ ਨਾਲ ਵੀ ਜਿਵੇਂ ਸਰਦਾਰਾਂ ਦੇ ਮਲਕੀਤ ਹੋਣਾ ਨਾ ਸੀ ਜਾਂ ਤੁਹਾਡਾ ਦੂਜਿਆਂ ਨਾਲ ਸੀ ਹਾਂ ਸਮਝਣਾ ਸਮਝਣਾ ਇਹ ਬਾਅਦ ਚ ਕੀ ਹੋਇਆ ਲੜ ਕਿਉਂ ਪਏ ਇੱਕ ਦੂਜੇ ਨਾਲ ਇਹਦੇ ਵਿੱਚ ਜਦੋਂ ਵੰਡ ਹੋਈ ਹੈ ਮੁਸਲਮਾਨ ਤੇ ਸਿੱਖ ਹੀ ਬਹੁਤਾ ਲੜੇ ਆਪਸ ਇਹ ਮੇਰਾ ਮੇਰੀ ਗੱਲ ਸੁਣ ਜਿਹੜੇ ਸੀ ਨਾ ਸਿੱਖ ਤੇ ਮੁਸਲਮਾਨ ਜਦੋਂ ਔਰੰਗਜ਼ੇਬ ਦੀ ਬਾਦਸ਼ਾਹੀ ਸੀ ਮੁਗਲਾਂ ਦੀ ਉਦੋਂ ਇੱਕ ਹੁਣ ਤੂੰ ਦੂਰੋਂ ਸੁਣ ਲਾ ਗੱਲ ਜਿਹੜਾ ਇੱਕ ਇਹਨਾਂ ਦਾ ਸੀਗਾ ਗੁਰੂ ਗੋਬਿੰਦ ਔਰੰਗਜ਼ੇਬ ਬਾਦਸ਼ਾਹ ਸੀ ਨਾ ਜਿਹੜਾ ਉਸ ਵਕਤ ਦਾ ਮੁਗਲਾਂ ਦਾ ਇਹ ਹੁਣ ਮੈਂ ਵੱਡਿਆਂ ਤੋਂ ਗੱਲ ਸੁਣਨਾ ਉਹਨਾਂ ਨੇ ਨਾ ਮੁਸਲਮਾਨੀ ਕਰਦਾ ਸੀ ਔਰੰਗਜ਼ੇਬ ਉਹਨਾਂ ਨੇ ਜ਼ਿਆਦਾ ਤੰਗੀ ਦਿੱਤੀ ਜਦ ਆ ਗਿਆ ਨਾ ਉਹ ਵਕਤ ਸਾਡਾ ਇਨਕਲਾਬ ਦਾ ਮੁਲਕ ਦੀ ਬਦਲਦਾ ਨਹੀਂ ਉਹ ਉਦੋਂ ਹੋਇਆ ਸੀ ਉਹਨੇ ਔਰੰਗਜ਼ੇਬ ਨੇ ਉਹਨਾਂ ਦੇ ਗੁਰੂ ਗੋਬਿੰਦ ਹੋਣਾ ਦੇ ਬੱਚਿਆਂ ਨੂੰ ਦੀਵਾਰਾਂ 'ਚ ਉਹ ਦੀਵਾਰਾਂ 'ਚ ਨਾ ਇੱਥੇ ਤੂੰ ਤਾਰੀਖ ਪੜ੍ਹੀ ਹੈ ਨਾ ਉਹ ਮੁਗਲ ਉਹ ਜਿਹੜਾ ਨਾ ਹੁਣ ਮੈਂ ਤੁਹਾਨੂੰ ਦੱਸਦਾ ਇਹ ਜਿਹੜਾ ਨਵਾਬ ਸੀ ਨਾ ਮਲੇਰਕੋਟਲੇ ਵਾਲਾ ਇਹਨੇ ਇਹ ਗੱਲ ਕਹੀ ਵੀ ਬੱਚਿਆਂ ਦਾ ਕੀ ਕਸੂਰ ਹੈ ਤੁਸੀਂ ਗੋਬਿੰਦ ਨੂੰ ਉਸ ਇਹਨੇ ਕਹਿਣਾ ਮਲੇਰਕੋਟਲੇ ਦੀ ਰਿਆਸਤ ਦੇ ਵਿੱਚ ਕੋਈ ਭੱਜ ਕੇ ਵੀ ਮੁਸਲਮਾਨ ਜਾ ਰਿਹਾ ਨਾ ਉਹਦਾ ਨਾ ਅੱਜ ਤੱਕ ਵੀ ਉਹ ਉਸੇ ਤੱਕ ਬੈਠੀ ਆ ਉਹਨਾਂ ਨੇ ਕਿਹਾ ਵੀ ਸਾਡੇ ਬੱਚਿਆਂ ਦਾ ਇਹਨਾਂ ਨੇ ਹਾਹ ਦਾ ਨਾਰਾ ਮਾਰਿਆ ਅੱਛਾ ਉਦੋਂ ਫਿਰ ਇਹ ਇਹ ਗੱਲ ਕਹਿਤੀ ਵੀ ਇਹਨਾਂ ਨੇ ਆਪਾਂ ਵੀ ਗੁਰੂ ਗੋਬਿੰਦ ਨੂੰ ਮਾਰਿਆ ਜਾਂ ਉਹਨਾਂ ਦੇ ਬੱਚਿਆਂ ਨੂੰ ਜਾਂ ਤਕਲੀਫਾਂ ਦਿੱਤੀਆਂ ਨਾ ਉਹ ਬਦਲਾ ਸ਼ੇਰ ਸਾਡਾ ਨਾ ਇਹ ਫਿਰ ਸਾਡੇ 'ਤੇ ਹੁਣ ਉਹ ਵਕਤ ਆ ਗਿਆ ਇਹਨਾਂ ਜਿੰਨਾ ਵੀ ਮੁਸਲਮਾਨ ਨੂੰ ਮਾਰੇ ਉਹਨਾਂ ਹੀ ਜਿਵੇਂ ਆਪਾਂ ਕਹਿੰਦੇ ਨਾ ਕਿਸੇ ਨੂੰ ਮਾਰੀਏ ਤਾਂ ਇਹਦਾ ਦਰਜਾ ਇਹ ਤਾਂ ਸਾਨੂੰ ਭਾਰ ਭਾਰ ਮਾਰਿਆ ਫਿਰ ਜਿੱਥੇ ਕਮਜ਼ੋਰ ਸੀ ਜੇ ਪੰਜ ਸੱਤ ਘਰ ਜਿਹੜੇ ਨਾ ਕਮੀ ਕਬਾੜੇ ਦੇ ਅਤੇ ਕੋਈ ਥੋੜ੍ਹੇ ਅਸੀਂ ਤਾਂ ਸੀ ਉਹਨਾਂ ਦੇ ਮਾਲਕ ਅੱਲਾ ਦੀਆਂ ਖੈਰਾਂ ਸੀ ਬਰਾਬਰ ਦੇ ਸਮਝਦਾ ਕਿ ਨਹੀਂ ਇਸ ਹਿਸਾਬ ਨਾਲ ਨਾ ਉਹ ਫਿਰ ਜਿਹੜੇ ਸੀ ਨਾ ਉਹਨਾਂ ਦੀਆਂ ਇੱਜ਼ਤਾਂ ਦਾ ਜਾਂ ਕਹਿ ਸਰਮ ਅੱਲਾ ਮਾਫੀਆਂ ਦੇਵੇ ਨਾ ਅਤੇ ਸਾਡੇ 'ਤੇ ਤਾਂ ਉਹ ਨਾ ਉਹਦੀ ਕਰਮ ਨਵਾਈ ਅੱਛਾ ਕਿਵੇਂ ਆਏ ਫਿਰ ਆਪਣਾ ਜਦੋਂ ਇੱਧਰ ਆ ਗਏ ਪਾਕਿਸਤਾਨ ਜੀ ਆ ਉਸ ਤੋਂ ਬਾਅਦ ਨਹੀਂ ਕਦੀ ਇਰਾਦਾ ਬਣਾਇਆ ਵੀ ਗਾਲਬ ਕਲਾਂ ਕਦੀ ਪਿੰਡ ਆਪਣਾ ਵੇਖਾ ਹੀ ਹੈ ਉਦੋਂ ਬਾਹਰ ਫਿਰ ਕੀ ਜਾਂ ਨਾ ਤਾਂ ਮੁਲਕ ਦੀ ਉਦੋਂ ਜਾਣ ਮਾਉਣ ਦੀ ਨਹੀਂ ਸੀ ਜਦੋਂ ਪੂਰਾ ਹੀ ਤਸੱਲੀ ਹੋ ਗਈ ਨਾ ਇਹ ਘਰ ਇਹ ਸਾਡੇ 'ਚੋਂ ਇਹ ਚੰਗੇ ਆ ਅਤੇ ਦੂਜੇ ਦਾ ਖੰਡ ਖਾਪੜ ਗਏ ਇਹਨਾਂ ਦੇ ਨਾਲ ਉਹਨਾਂ ਦਾ ਕੋਈ ਤਾਲਕ ਸੀਗਾ ਤੈਨੂੰ ਮੈਂ ਹੁੰਦਾ ਉਹ ਫਿਰ ਇਹਨਾਂ ਦਾ ਉਦੋਂ ਲਿਖਾ ਤੋਂ ਖਿਤਾਬ ਸੀਗਾ ਫੇ ਪਹਿਲਾਂ ਮੈਂ ਕਹਿੰਦਾ ਇਹ ਗਏ ਆ ਜਾਂ ਉਹ ਆਏ ਹੁਣ ਮੈਨੂੰ ਇੰਨਾ ਯਾਦ ਨਹੀਂ ਗਾ ਕਿ ਮੈਂ ਥੋੜ੍ਹਾ ਜਿਹਾ ਹਟ ਮਾਰਾਂ ਨਾ ਅਤੇ ਫਿਰ ਇਹਨਾਂ ਦਾ ਇਹ ਦੋ ਵਾਰੀ ਗਏ ਉੱਧਰ ਤਿੰਨ ਵਾਰੀ ਕਿ ਦੋ ਨਹੀਂ ਤੁਹਾਡਾ ਨਹੀਂ ਕਦੇ ਦਿਲ ਕੀਤਾ ਪਿੰਡ ਵੇਖਣ ਨੂੰ ਉਹ ਸਾਡਾ ਦਿਲ ਦੀ ਇੱਕ ਮੇਰੀ ਗੱਲ ਸੁਣ ਜਦੋਂ ਅਸੀਂ ਗਏ ਨਾ ਦੁਬਾਰੇ ਉਹ ਇਹਨਾਂ ਦਾ ਬਾਪ ਨੂੰ ਆ ਜਦੋਂ ਇਹਨਾਂ ਦਾ ਬਾਪ ਨੂੰ ਮੈਂ ਬਾਈ ਕਹਿੰਦਾ ਸੀ ਠੀਕ ਉਹ ਚਾਚਿਆਂ ਦੇ ਥਾਂ ਨਾ ਅਸੀਂ ਬਾਈ ਕਹਿੰਦੇ ਸੀ ਜਦੋਂ ਅਸੀਂ ਗਏ ਹਾਂ ਨਾ ਉੱਥੇ ਪੁੱਤਰਾ ਇੰਨੀ ਪਰੇਸ਼ਾਨੀ ਨਾ ਉਹ ਜਾਣੀ ਪਿੰਡ ਸੀ ਨਾ ਜਿਹੜਾ ਉਹ ਜੀਆਂ ਨਾ ਆਈ ਜਿੱਥੇ ਹੁਣ ਦੇਖਣਾ ਪ੍ਰਦੇਸ਼ ਗਿਆ ਮੇਰੇ ਬਾਦਸ਼ਾਹੀ ਉਹ ਚਿੱਤ ਬਤਨ ਉਹਨੇ ਤੰਗ ਹੁਣ ਗੈਰਾਂ ਮੁਲਕਾਂ ਜਾਂਦੇ ਅਖੀਰ ਉਹ ਜੀ ਸੀ ਨਾ ਉੱਥੇ ਸਿੱਧਮੀ ਜਾਣੀ ਸਾਨੂੰ ਉਹ ਕਬਰ ਦਿਖਾਈ ਦਿੰਦਾ ਸੀ ਉਹ ਜਿਹੜਾ ਗਾਲਬ ਕਲਾਂ ਸੀ ਉੱਥੇ ਰਹਿ ਨਹੀਂ ਸੀ ਸਕਦੇ ਪਰੇਸ਼ਾਨੀ ਉਹ ਜਿਹੜੇ ਘਰ ਸੀ ਸਾਨੂੰ ਵੜ ਵੜ ਖਾਂਦੇ ਜਦੋਂ ਸਾਰੇ ਹੀ ਉੱਥੋਂ ਨਿਕਲ ਆਏ ਬਸ ਜਦੋਂ ਨਿਕਲ ਜਿਉਂ ਆਏ ਫਿਰ ਪਰੇਸ਼ਾਨੀ ਬਣ ਗਈ ਇਹ ਤਾਂ ਗਏ ਆ ਇਹ ਮੈਨੂੰ ਹੁਣ ਵੀ ਕਹਿੰਦਾ ਉਹ ਵੀ ਆਪਾਂ ਚੱਲ ਗਏ ਉੱਥੇ ਨਾ ਕੋਈ ਸ਼ਹਿ ਰਹੀ ਨਾ ਬੰਦਾ ਰਿਹਾ ਨਾ ਕੋਈ ਉਹ ਚਾਲ ਚੱਲਣ ਰਿਹਾ ਇਹਨਾਂ ਨੂੰ ਮੈਂ ਜਵਾਬ ਤਾਂ ਨਹੀਂ ਦਿੰਦਾ ਵੀ ਉਹ ਤੀਜੀ ਜਾਂ ਛੇ ਵਟ ਹੋ ਗਈ ਅਤੇ ਉਹ ਹੁਣ ਦੱਸਿਆ ਪੁੱਛਿਆ ਨਾ ਹੈਂ ਆ ਅਤੇ ਉਹਦੀ ਵਜ੍ਹਾ ਨਾ ਵੀ ਹਾਂ ਲਾਲਾ ਕਦਰ ਸਰਾਫਾਂ ਪਾਇਆ ਪਰਖਣ ਨਾਲ ਸਫਾਈਆਂ ਦੋਸਤਾਂ ਦੀ ਕਦਰ ਨੂੰ ਦੋਸਤ ਜਾਣਦੇ ਉਹ ਜਿੰਨਾ ਮੁਹੱਬਤਾਂ ਦਾ ਉਹਦੇ ਨੂੰ ਹੌਸੇ ਅਤੇ ਪਿਆਰ ਦੇਵਾ ਤੈਨੂੰ ਉਹ ਹੁਣ ਠੀਕ ਆ ਵਾਹਵਾ ਬੋਲ ਬੁਲ ਆਉਂਦੇ ਕੋਈ ਹੋਰ ਸੁਣਾਓ ਇੱਕ ਬੋਲ ਮੇਰੀ ਗੱਲ ਸੁਣ ਮੈਂ ਉਹਦਾ ਸਾਹ ਨਹੀਂ ਦੇ ਸਕਦਾ ਮੇਰੀ ਹਾਲੇ ਸੁਰਸੀ ਤੇਰੇ ਨਾਂ ਬਾਦ ਇਸ ਉਮਰ ਨਾ ਰੋਟੀ ਖਾਣ ਲਈ
ਮੈਂ ਉਹਦਾ ਆਸਾਨ ਹੀ ਨਹੀਂ ਦੇ ਸਕਦਾ। ਬਹਾਦੁਰ ਲਾ ਸ਼ਰੀਕ ਦਾ ਨਾ ਸੁਭਾਨ ਅੱਲਾ। ਕਿੰਨੀ ਉਮਰ ਹੋਣ ਤੇ ਮਤਲਬ 100 ਤੋਂ ਟੱਪ ਚੱਲੇ? 100 ਤੇ ਲਗਭਗ ਹੀ ਆ, ਬਸ ਕੁਝ 2 ਸਾਲ ਹੋਏ, ਯਾਨੀ ਕੱਲ੍ਹ ਦੀ ਗੱਲ। ਪਿਛਲੀਆਂ ਗੱਲਾਂ ਦਾ ਇਹਨੂੰ ਸੁਣਾਈ ਤਾਂ ਜਾਣਾ। ਸੁਣਾਵੇ ਕਦੀ ਕੋਈ ਵਾਕਿਆ ਐਸਾ ਦਿਲਚਸਪ? ਬਹੁਤ ਵਾਕਿਆ ਦਿਹਾੜੇ ਚੰਗੇ ਨੇ। ਉਹ ਲਾਗੇ ਕੋ ਮੇਲੇ ਠੇਲੇ ਕੋ ਕਬੱਡੀ ਦੇ ਮੇਲੇ ਦੀ ਸੁਣ ਲਾ, ਜਗਰਾਂ ਚ ਰੋਸ਼ਨੀ ਲੱਗਦੀ ਸੀ ਫਗਣ 13-12 ਚ, ਕੋਈ ਹਜੂਮ ਇਕੱਠੀ ਹੁੰਦੀ ਸੀ ਬੇਸਮਝੀ ਨਾ, ਵੀ ਜਿੰਨੇ ਕੁ ਖਾਣੇ ਕਾਹਵੇ ਇਕੱਠੇ, ਹਰ ਕੌਮ ਦਾ ਬੰਦਾ ਮੁਖਮਦੀਨ ਦੀ ਉਹ ਖਾਨਗਾਹ ਜਾਂ ਜਿਹੜਾ ਸੀ ਨਾ ਉਹ ਨਿਸ਼ਾਨ, ਪਰ ਦੇਖਦਾ ਤੂੰ ਨਾ ਬੜੀ ਮਖਲੂਕ ਤੂੰ ਗੁੱਸਾ ਨਾ ਕਰੀ ਪੀਰ ਪਰਸਤ ਬਾਬਾ ਕੁਝ ਕੌੜਾ ਜਿਹਾ ਤੈਨੂੰ ਮੈਂ ਦੱਸ ਦਿੰਦਾ ਨਾ, ਗੱਲਾਂ ਯਾਦ ਕਰੇਗਾ ਉਹ ਕੋਈ ਉਹ ਨਾ ਵੀ ਉੱਥੇ ਹਜੂਮ ਇਕੱਠੀ ਨੀ 3 ਦਿਨ ਕੌਡੀ ਵੀ ਤੇ ਖੇਡ ਵੀ ਤੇ ਨਾ ਇੰਨੀ ਹਜੂਮ 20-30 ਦੀ ਕੋਈ ਦਾ ਬੰਦਾ ਨਹੀਂ। ਤੇ ਇੱਕ ਗੱਲ ਆ, ਮੈਨੂੰ ਤੁਸੀਂ ਆਖਦੇ ਗੁੱਸਾ ਨਾ ਕਰੀ, ਤੇ ਤੁਸੀਂ ਮੇਲਾ ਕਿਉਂ ਵੇਖਣ ਜਾਂਦੇ ਹੋ ਜਦੋਂ ਲੱਗਦਾ ਜੀ ਤਾਂ? ਬੇਸਮਝੀ ਨਹੀਂ ਜੀ ਇਹਦਾ, ਹੁਣ ਬੇਸਮਝੀ ਹੁਣ ਤੁਸੀਂ ਆਪਣੇ ਵਾਰੀ 30 ਸਾਲ ਦੀ ਉਮਰ ਤੇ ਬੇਸਮਝੀ, ਇਹ ਤਾਂ ਕੋਈ ਗੱਲ ਨਹੀਂ। ਉਹ ਤੋਬਾ ਤਾਂ ਨਾ 8 ਦਿਨ ਅੱਗੋਂ ਕਰਨੀ ਨਾ, 8 ਦਿਨ ਅੱਗੋਂ ਤੋਬਾ ਕਰਨੀ ਉਹ ਬਖਸ਼। ਉਹ ਮੇਰੀਆਂ ਗੱਲਾਂ ਜਿਹੜੀਆਂ ਨਾ ਤੁਸੀਂ ਯਾਦ ਕਰੋਗੇ, 8 ਦਿਨ ਅੱਗੋਂ ਤੋਬਾ ਕਰ ਲੈਣਾ। ਉਹ ਗਫੂਰ ਰਹੀਮ। ਅੱਛਾ ਚਲੋ, ਵੀ ਇਹਦਾ ਮਤਲਬ ਵੀ ਓਵਰਆਲ ਉੱਥੇ ਜੇ ਆਪਾਂ ਗੱਲ ਕਰੀਏ ਵੀ ਉੱਥੋਂ ਦੇ ਜਿਹੜੇ ਲੋਕ ਸਨ ਉਦੋਂ ਵਸਦੇ ਸੀ ਵਧੀਆ ਵਸਦੇ ਸਨ ਲੋਕ ਆਪਸ ਦੇ ਵਿੱਚ, ਬੜੇ ਖੁਸ਼ਹਾਲ ਵਧੀਆ। ਕਿਉਂ ਜੀ ਬਜ਼ੁਰਗੋ, ਜਿਹੜਾ ਉੱਥੋਂ ਦਾ ਮਾਹੌਲ ਸੀ ਜੇ ਆਪਾਂ ਗੱਲ ਕਰੀਏ ਅਖਲਾਕ ਦੀ ਜਾਂ ਪਿਆਰ ਮੁਹੱਬਤ ਦੀ, ਚਲੋ ਇੱਕ ਲਹਿਦਾ ਮੁਲਕ ਮਿਲਿਆ ਸਾਨੂੰ ਆਪਣੇ ਤਰੀਕੇ ਦੇ ਨਾਲ, ਅਸੀਂ ਇਸਲਾਮ ਦੇ ਦਾਇਰੇ 'ਚ ਆ ਕੇ ਇੱਕ ਆਜ਼ਾਦੀ ਮਜ਼ਹਬੀ, ਪਹਿਲਾਂ ਉੱਥੇ ਤੇ ਕੋਈ ਨਹੀਂ ਸੀ ਮਜ਼ਹਬੀ ਆਜ਼ਾਦੀ ਦਾ, ਕੋਈ ਚੱਕਰ ਨਹੀਂ ਨਹੀਂ ਕੋਈ ਅੰਗਰੇਜ਼ਾਂ ਦਾ ਇਹ ਆਰਡਰ ਸੀ ਬਰਾਬਰ ਦੇ ਮੁਸਲਮਾਨ ਦੇ ਜਾਇਦਾਦ 'ਚ ਵੀ ਡੰਡੇ ਸੋਟੇ ਨੂੰ ਵੀ ਚੰਗਾ ਤਾਂ ਸਾਡੇ ਵਾਸਤੇ ਨਹੀਂ, ਅਸੀਂ ਦਾਇਰੇ ਇਸਲਾਮ ਚ ਆ ਗਏ। ਨਹੀਂ ਉਹ ਤੇ ਗੱਲ ਮੈਂ ਪਹਿਲਾਂ ਕੀਤੀ ਆ, ਮੈਂ ਅਖਲਾਕੀ ਗੱਲ ਕਰਨਾ ਵੀ ਲੋਕਾਂ ਦਾ ਆਪਸ ਚ ਪਿਆਰ ਮੁਹੱਬਤ ਉਹ ਵਾਧੂ ਸੀ, ਜਿਹੜਾ ਸਿੱਖਾਂ ਦਾ ਸੀ ਨਾ ਉਹ ਵਾਧੂ ਸੀ, ਵਾਧੂ ਸੀ। ਆਹ ਦੇਖਣਾ ਆਹ ਰਸਤਾ, ਇੱਥੋਂ ਦੀ ਕਾਕੀ ਆਉਂਦੀ ਆ, ਕਾਕੀ ਦੇ 2 ਕੱਪੜੇ, ਇੱਕ ਇੱਥੇ ਭਾਰਾ ਤੇ ਦੂਜਾ ਪਤਲਾ, ਝੁੰਡ ਉਹਨਾਂ ਨੇ ਇੰਨਾ ਕਰਨਾ, ਘੁੰਡ ਚਿਹਰਾ ਨਹੀਂ ਦਿਖਾਉਣਾ, ਜਿਹੜੀਆਂ ਪਿੰਡ ਦੀਆਂ ਹੈਗੀਆਂ ਨੂੰਹਾਂ ਆਈਆਂ ਕਾਕੀ ਨੇ, ਜਾਣੀ ਜੇ ਸਾਲ 'ਚ ਨਾ ਉਹਨੇ ਆਉਣਾ ਅਤੇ ਅਸੀਂ ਰਾਹ ਛੱਡ ਦੇਣਾ, ਜੇ ਸਾਡੀਆਂ ਜਾਂਦੀਆਂ ਤਾਂ ਉਹਨਾਂ ਨੇ ਰਾਹ ਛੱਡ ਦੇਣਾ, ਇੰਨਾ ਖਰਾਬ। ਬਾਕੀ ਪਰਦੇ ਦੀ ਦੇਖ ਲੈ ਨਾ, ਇੰਨੀ ਪਾਬੰਦੀ ਸੀ ਨਾ, ਬਿਲਕੁਲ ਹੀ ਪਾਬੰਦੀ ਸੀ। ਜੇ ਇਸਲਾਮ ਦੇ ਦਾਇਰੇ 'ਚ ਆ ਜਾਣਾ, ਜੇ ਕੋਈ ਬੇ ਸਮਝ ਰੋਜੇ ਤੋਂ ਰਹਿ ਗਿਆ ਨਾ, ਰੋਟੀ ਨਹੀਂ ਜਾਣੀ, ਇੰਨਾ ਜਾਣੀ ਇਤਰਾਮ ਸੀ ਰੋਜਿਆਂ ਦਾ ਅਤੇ ਰਮਜ਼ਾਨ ਦਾ ਅਤੇ ਸਮਝ ਆਈ ਕਿ ਇਹਦਾ ਸਾਡਾ ਜਬ ਜਦੋਂ ਪਿਆ, ਤੈਨੂੰ ਤਾਂ ਤਰੀਖ ਦੇ ਵਿੱਚ ਸਭ ਕੁਝ ਜਾਣਨਾ ਨਾ, ਜਦੋਂ ਜਾਪਾਨ ਦੇ ਨਾਲ ਜੰਗ ਲੱਗੀ ਨਾ, ਵਰਲਡ ਵਾਰ 2 ਲੱਗੀ, ਇਹ 50 ਸਾਲ ਅੱਗੋਂ ਦੀ ਕਾਂਗਰਸ ਨਾ ਮੁਲਕ ਦੀ ਆਜ਼ਾਦੀ ਨੂੰ ਨਾ ਬਾਬਾ ਕੈਦੇ ਆਜ਼ਮ ਅਤੇ ਗਾਂਧੀ ਅਤੇ ਨਹਿਰੂ ਇਹਦੇ ਵਿੱਚ ਨਾ ਬਹੁਤ ਤਵਾਰੀਖ 'ਚ ਵਿੱਚ ਕਨੀ ਇਹ ਸ਼ਾਖ 50 ਸਾਲ ਅੱਗੋਂ ਚੱਲੀ ਆਉਂਦੀ ਸੀ ਵੀ ਸਾਨੂੰ ਆਜ਼ਾਦ ਕਰ ਦਿਓ। ਸਿੱਖਾਂ ਨੇ ਬਹੁਤ ਇਹਦੇ 'ਤੇ ਕੁਰਬਾਨੀਆਂ ਦਿੱਤੀਆਂ, ਤੇਰੇ ਸਮਝ 'ਚ ਆ ਗਈ ਕਿ ਨਹੀਂ? ਆਜ਼ਾਦੀ ਵਾਸਤੇ ਇਹ ਜਦੋਂ ਆਜ਼ਾਦੀ ਫਿਰ ਇਹਦੀ ਹੁੰਦੀ ਹੈ ਨਾ, ਜਦੋਂ ਜੰਗ ਲੱਗਾ ਨਾ 35 'ਚ, ਉਦੋਂ ਸਰਕਾਰ ਉਹਨਾਂ ਨੇ ਜੋ ਵੀ ਕੀਤਾ ਨਾ, ਉਹ ਦੂਜਾ ਨਾ ਕਿ ਹਾਂ ਉਹ ਇਹ ਕਾਮਯਾਬੀ ਨਾਲ ਜਿਹੜਾ ਇਹਨਾਂ ਦਾ ਸਿਆਰਾ ਸੀ, ਜਿਹਨਾਂ ਨੇ ਵਿਹੜਾ ਸੀ ਨਾ ਉੱਥੋਂ ਪਰਵਾਜ਼ ਕਰਦੇ ਸੀ
ਜਹਾਜ ਉੱਥੋਂ ਹੀ ਸਿਆਰੇ ਲੈਂਦੇ ਸੀ, ਬਰਤਾਨੀਆ ਦਾ ਐਡਾ ਬੇੜਾ ਵੱਡਾ ਸੀ। ਉਹਨਾਂ ਨੇ ਇਹ ਕੀਤਾ, ਉਹਨਾਂ ਦਾ ਬੰਦਾ ਇੱਕ ਬੰਬ ਬੰਨ ਕੇ ਚਿਮਨੀ 'ਚ ਡਿੱਗਾ, ਇਹ ਮੈਨੂੰ ਸਾਰਾ ਪਤਾ। ਉਹ 3 ਦਿਨ ਬੇੜਾ ਡੁੱਬਦਾ ਰਿਹਾ, 3 ਦਿਨ ਹੜਤਾਲ ਰਹੀ ਆਪਣੇ ਸਾਰੇ ਇਸ ਮੁਲਕ 'ਚ, ਜਿੱਥੋਂ ਤੱਕ ਬਰਤਾਨੀਆ ਦਾ ਸੀ ਨਾ, ਬਰਤਾਨੀਆ ਦੀ ਕਮਰ ਟੁੱਟ ਗਈ। ਇਹਨਾਂ ਨੇ ਫਿਰ ਏਟਮ ਚਲਾਇਆ, ਉੱਥੇ ਮੇਰਾ ਭਤੀਜਾ ਜਾ ਕੇ ਆਇਆ ਜਿਹੜਾ ਸ਼੍ਰੀਲੰਕਾ ਨਾ, ਉੱਥੇ ਗਿਆ ਕਿਸੇ ਗੇੜ ਨਾਲ ਜਿੱਥੇ ਬਾਬਾ ਆਦਮ ਵਾਲੇ ਸਲਾਮ ਦੀ ਕਬਰ ਹੈ, ਅਤੇ ਉੱਥੇ ਕਿ ਨਹੀਂ ਸਰਕਾਰ ਹਾਲੇ ਵੀ ਕਿ ਨਹੀਂ ਹਾਲੇ ਵੀ ਕਿ ਨਹੀਂ ਬੱਚੇ ਜਿਹੜੇ ਨਾ ਕੋਈ ਕਮੀਆਂ ਕੁਝ ਜਪਾਨ ਅਤੇ ਜਰਮਨ ਇਹ ਸਾਰੇ ਦੋਵੇਂ ਮੁਲਕਾਂ 'ਚ ਜਾ ਕੇ ਆਇਆ। ਗੱਲ ਪਹਿਲੋਂ ਦੇ ਹਾਲਾਤ ਗਾਲਿਬ ਕਲਾਂ ਦੀਆਂ ਗੱਲਾਂ ਦੱਸੀਆਂ, ਜੇ ਆਜ਼ਾਦੀ ਦੀ ਗੱਲ ਆਪਾਂ ਕਰਦੇ, ਆਜ਼ਾਦੀ ਦੀਆਂ ਗੱਲਾਂ ਦੱਸੀਆਂ, ਲੋਕਾਂ ਦਾ ਆਪਸੀ ਪਿਆਰ ਮੁਹੱਬਤ ਅਤੇ ਅਖਲਾਕ ਉਹਦੀ ਗੱਲਬਾਤ ਕੀਤੀ। ਸੋ ਇਹਨਾਂ ਕਹਾਣੀਆਂ ਨੂੰ, ਇਹਨਾਂ ਸਟੋਰੀਜ਼ ਨੂੰ ਤੁਹਾਡੇ ਤੱਕ ਰੱਖਣ ਦਾ ਮਕਸਦ ਇਹ ਵੀ ਜਿਹੜੀ ਸਾਡੇ ਆਪਸੀ ਦੋਵਾਂ ਮੁਲਕਾਂ ਦੇ ਵਿੱਚ ਜਾਂ ਪੰਜਾਬਾਂ ਦੇ ਵਿੱਚ ਆਪਾਂ ਗੱਲ ਕਰ ਲਈਏ ਜਾਂ ਸਿੱਖ ਮੁਸਲਮਾਨਾਂ ਦੀ ਗੱਲ ਕਰ ਲਈਏ, ਹਿੰਦੂਆਂ ਦੀ ਗੱਲ ਕਰ ਲਈਏ, ਜਿਹੜੀ ਕੁੜੱਤਨ ਜਿਹੜੀ ਆ ਮੀਡੀਆ ਨੇ ਭਰੀ ਹੋਈ ਆ, ਉਹਨੂੰ ਵੀ ਮੁਕਾਉਣ ਦੀ ਨਿੱਕੀ ਜਿਹੀ ਕੋਸ਼ਿਸ਼ ਆਪਾਂ ਕਰੀ ਦੀ ਹੈ। ਇਸ ਤਰ੍ਹਾਂ ਦੀਆਂ ਕਹਾਣੀਆਂ ਸਟੋਰੀਜ਼ ਅੱਜ ਬੀਤੀਆਂ ਇਹਨਾਂ ਬਜ਼ੁਰਗਾਂ ਦੀਆਂ ਸੱਚੀਆਂ ਕਹਾਣੀਆਂ ਜਿਹੜੀਆਂ ਤੁਸੀਂ ਕਹਿ ਸਕਦੇ ਹੋ ਸਾਨੂੰ ਕਿਤਾਬਾਂ 'ਚ ਤਾਰੀਖ ਖੋਲ੍ਹਣ ਬਹਿ ਗਈ, ਕਿਤਾਬਾਂ 'ਚ ਨਹੀਂ ਮਿਲਦੀਆਂ ਇਹ ਗੱਲਾਂ, ਇਹਨਾਂ ਬਜ਼ੁਰਗਾਂ ਦੇ ਕੋਲੋਂ ਹੀ ਮਿਲਦੀਆਂ, ਅਤੇ ਇਹ ਬਜ਼ੁਰਗ ਬੜੇ ਥੋੜ੍ਹੇ ਲਿਮਿਟਡ ਸਾਡੇ ਕੋਲ ਰਹਿ ਗਏ, ਅਤੇ ਆਪਾਂ ਕੋਸ਼ਿਸ਼ ਕਰੀ ਦੀ ਹੈ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਲੋਕਾਂ ਨੂੰ ਮਿਲ ਕੇ ਇਹਨਾਂ ਦੀਆਂ ਕਹਾਣੀਆਂ ਜਿਹੜੀਆਂ ਵਾ ਉਹ ਸੇਵ ਕੀਤੀਆਂ ਜਾਣ, ਅਤੇ ਆਉਣ ਵਾਲੀ ਨਸਲ ਤੱਕ ਵੀ ਇਹ ਗੱਲ ਰੱਖੀ ਜਾਵੇ ਕਿ ਜੇ ਆਪਾਂ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਆਜ਼ਾਦੀ ਸੌਖੀ ਨਹੀਂ ਲੱਗ ਗਈ। ਜਿਵੇਂ ਬਜ਼ੁਰਗਾਂ ਦੱਸਿਆ ਵੀ ਸਿੱਖਾਂ ਵੀ ਇਸ ਆਜ਼ਾਦੀ ਵਾਸਤੇ ਬਹੁਤ ਕੁਰਬਾਨੀਆਂ ਸਾਡੇ ਨਾਲੋਂ ਜ਼ਿਆਦਾ ਦਿੱਤੀਆਂ, ਜ਼ਿਆਦਾ ਉਹਨਾਂ ਦੀ ਜ਼ਬਾਨੀ ਬਜ਼ੁਰਗਾਂ ਦੀ। ਸੋ ਅਸੀਂ ਤਾਂ ਇੱਕ ਆਜ਼ਾਦ ਮੁਲਕ 'ਚ ਬਹਿ ਗਏ ਆ ਕੇ। ਸੋ ਇਹ ਕਹਾਣੀਆਂ ਸਟੋਰੀਜ਼ ਵੀ ਇਹਨੂੰ ਰੱਖਣ ਦਾ ਮੇਨ ਪਰਪਸ, ਮੇਨ ਮਕਸਦ ਵੀ ਇਹ ਕਿ ਪਿਆਰ ਮੁਹੱਬਤ ਅਮਨ ਜਿਹੜਾ ਪਹਿਲਾਂ ਸੀ ਉਹਨੂੰ ਪ੍ਰਮੋਟ ਕੀਤਾ ਜਾਵੇ, ਅਕਰੋਸ ਦਾ ਬਾਰਡਰ ਦੋਵੇਂ ਮੁਲਕ ਆਪਣੇ ਥਾਂ ਬੈਠੇ ਰਹਿਣ, ਬਾਰਡਰ ਵੱਜੇ ਰਹਿਣ, ਤਾਰਾਂ ਲੱਗੀਆਂ ਰਹਿਣ, ਲੇਕਿਨ ਇੱਕ ਪਿਆਰ ਮੁਹੱਬਤ ਜਿਹੜੇ ਚੰਗੇ ਹਮਸਾਏ ਬਣ ਕੇ ਆਪਾਂ ਵਸੀਏ, ਆਉਣ ਵਾਲੇ ਵਕਤ ਦੇ ਵਿੱਚ ਆਉਣ ਜਾਣ ਦੇ ਰਸਤੇ ਵੀ ਖੁੱਲ੍ਹਣ। ਇਹਨਾਂ ਬਜ਼ੁਰਗ ਜਿਹੜੇ ਨੇ ਅੱਜ ਵੀ ਆਪਣੇ ਪਿੰਡਾਂ ਨੂੰ ਘਰਾਂ ਨੂੰ ਵੇਖਣਾ ਚਾਹੁੰਦੇ ਨੇ, ਆ ਜਾ ਸਕਣ ਉੱਧਰੋਂ ਇੱਧਰ ਜਾਂ ਇੱਧਰੋਂ ਉੱਧਰ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਸਟੋਰੀਜ਼ ਤੁਹਾਡੇ ਤੱਕ ਰੱਖਦੇ ਰਹਾਂਗੇ, ਅਗਲੇ ਪ੍ਰੋਗਰਾਮ ਤੱਕ ਵੀ ਇਜਾਜ਼ਤ ਦਿਓ, ਮਿਲਦੇ ਹਾਂ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਘੁੰਮ ਗਏ ਕਰਾਂ ਦੇ ਬਾ